ਇਹ ਫਿਲਮ ਸਰਸੇ ਵਾਲੇ ਬਾਬੇ ਦੀ ਹੁੰਦੀ ਨਾ ਫਿਰ ਚੈੱਕ ਨਹੀਂ ਲੱਗਦਾ ਸੀ ਇਹ ਗਦਰੀ ਬਾਬੇ ਦੀ ਫਿਲਮ ਕਿਰਪਾਲ ਸਿੰਘ ਨਾਂ ਦਾ ਬੰਦਾ ਬੇਈਮਾਨਾ ਨਾ ਹੁੰਦਾ ਕੱਲਾ 17 ਸਾਲ ਦਾ ਨੌਜਵਾਨ ਪੂਰੇ ਭਾਰਤ ਨੂੰ ਆਜ਼ਾਦ ਕਰਾ ਜਾਂਦਾ ਇਹ ਤਾਕਤ ਹੁੰਦੀ ਆ ਇਕੱਲੇ ਬੰਦੇ ਦੀ ਉਹਨੂੰ ਹਿਊਮਨ ਡੈਨਮੋ ਕਹਿੰਦੇ ਡੈਨਮੋ ਕਿਹੜਾ ਕਰੰਟ ਪੈਦਾ ਕਰਦਾ ਉਹਨੂੰ ਕਰੰਟ ਵਾਲੀ ਮਸ਼ੀਨ ਕਿਹਾ ਜਾਂਦਾ ਉਹਨੂੰ ਸਲੇਡਾ ਕਿਹਾ ਜਾਂਦਾ ਸੀ ਉਡਣਾ ਸੱਪ ਕਿਹਾ ਜਾਂਦਾ ਸੀ ਝੰਡੇ 'ਚ ਦੋ ਰੰਗ ਕੀ ਆ ਉਹਨਾਂ ਨੇ ਡਿਸਾਈਡ ਕਰ ਲਏ ਸੀ ਇੱਕ ਹਿੰਦੂਆਂ ਦਾ ਤੇ ਇੱਕ ਮੁਸਲਮਾਨਾਂ ਦਾ ਪਰ ਉੱਥੇ ਫਿਰ ਅੜਿਆ ਕੌਣ ਉੱਥੇ ਸਰਬਾ ਅੜਿਆ ਸੀ ਇਹ ਸਰਾਬੇ ਨੇ ਕਿਹਾ ਸੀ ਕਿ ਸਾਡਾ ਸਿੱਖਾਂ ਦਾ ਰੰਗ ਪਾਉਣਾ ਬਣਦਾ ਉਹਨੇ ਕਿਹਾ ਜ਼ੋਰ ਨਾਲ ਫਿਰ ਉਹਦੇ 'ਚ ਰੰਗ ਪਵਾਇਆ ਸੀ ਸਿੱਖਾਂ ਦਾ ਰੰਗ ਫਿਰ ਉਦੋਂ ਤਿਰੰਗਾ ਬਣਿਆ ਸੀ ਜਿਹੜਾ ਉਹਨੇ ਫਾਈਨਲ ਕੀਤਾ ਸੀ ਜਿਹੜਾ 21 ਤਰੀਕ ਨੂੰ ਕਹਿੰਦੇ ਕੀ ਇਹ ਗਦਰ ਦੇ ਟਾਈਮ ਦੇ ਤੇ ਚੜਾਇਆ ਜਾਣਾ ਸੀ ਕਰਤਾਰ ਸਿੰਘ ਸਰਾਭੇ ਦੀ ਜ਼ਿੰਦਗੀ ਦੇ ਸਭ ਤੋਂ ਵੱਡਾ ਅਸਰ ਗੁਰੂ ਗੋਬਿੰਦ ਸਿੰਘ ਜੀ ਦਾ ਸੀ। ਉਹਨੂੰ ਕਿਸੇ ਬੰਦੇ ਨੇ ਮਿਹਣਾ ਮਾਰਿਆ ਕਿ ਤੁਹਾਡਾ ਬਾਪੂ ਤਾਂ ਯਾਰ ਚਾਰ ਪੁੱਤ ਬਾਰ ਗਿਆ ਤੁਸੀਂ ਤਾਂ ਜੇ ਵੀ ਗੁਲਾਮ ਹੋ। ਇਸੇ ਸੋਚ ਨੂੰ ਲੈ ਕੇ ਕਰਤਾਰ ਸਿੰਘ ਸਰਾਭਾ ਸਾਰੀ-ਸਾਰੀ ਰਾਤ ਟੋਕੇ ਵਾਲੀ ਮਸ਼ੀਨ ਵਾਂਗੂ ਮਸ਼ੀਨ ਗੇੜਦਾ ਸੀ। ਛਪਾਈ ਕਰਦਾ, ਅਖਬਾਰ ਲਿਖਦਾ, ਲਿਖ-ਲਿਖ ਭਰਦਾ। ਉਹ ਅਖਬਾਰ ਫਿਰ ਕੀ ਆ ਕੈਨੇਡਾ, ਅਮਰੀਕਾ ਲੱਗ ਅਡਰੈਸਾਂ ਤੇ ਵੀ ਭੇਜਦਾ। ਇੱਕ ਬੰਦਾ ਯਾਰ ਉਹਦਾ ਚਿਹਰਾ ਉਹਦੀਆਂ ਅੱਖਾਂ ਤੇ ਉਹਦੇ ਬੋਲ ਕੀ ਹੋਣਗੇ ਜਿਹੜੇ ਬੰਦੇ ਦੀ ਗੱਲ ਸੁਣ ਕੇ 80-80 ਸਾਲ ਦੇ ਬਜ਼ੁਰਗ ਆ ਜਿਹੜੇ ਉਹ ਆਪਦੀ ਜਾਨ ਦੇਣ ਨੂੰ ਤਿਆਰ ਹੋ ਜਾਂਦੇ ਸੀ ਉਹਦੇ ਨਾਲ ਕੌਣ ਸੀ ਸੁੱਚਾ ਸਿੰਘ ਨਾਂ ਦਾ 15 ਸਾਲ ਦਾ ਨੌਜਵਾਨ 15 ਤੇ 17 ਸਾਲ ਦੇ ਨੌਜਵਾਨ ਨੇ ਜਾ ਕੇ ਫੌਜ ਦੇ ਨਾਲ ਗੱਲਾਂ ਕੀ ਕੀਤੀਆਂ ਹੋਣਗੀਆਂ ਵੀ ਸਾਰੀ ਫੌਜ ਉੱਠ ਕੇ ਮਗਰ ਗਦਰ ਕਰਨ ਨੂੰ ਤਿਆਰ ਹੋ ਗਈ ਹਥਿਆਰ ਚਾ ਕੇ ਲੜਨ ਨੂੰ ਤਿਆਰ ਹੋ ਗਈ ਦੋ-ਦੋ ਸਾਲਾਂ 'ਚ ਲੋਕ ਜਹਾਜ਼ ਉਡਾਉਣਾ ਸਿੱਖਦੇ ਆਂ। 5 ਹਫ਼ਤਿਆਂ 'ਚ ਬੰਦਾ ਜਹਾਜ਼ ਉਡਾਉਣਾ ਸਿੱਖ ਲੈਂਦਾ। 16.5 ਸਾਲ ਦੀ ਉਮਰ ਸੀ ਉਦੋਂ ਉਹਦੀ ਜਦੋਂ ਜਹਾਜ਼ ਉਡਾਉਣਾ ਸਿੱਖਦਾ। 16.5-17 ਸਾਲ ਦੀ ਉਮਰ ਦੇ ਵਿੱਚ ਜਦੋਂ ਗਦਰੀ ਬਾਬੇ ਕਹਿੰਦੇ ਸਾਡੇ ਕੋਲ ਹਥਿਆਰ ਹੈ ਨਹੀਂ ਤਾਂ ਉਹ ਨੌਜਵਾਨ 2 ਦਿਨਾਂ ਦੇ ਵਿੱਚ 200 ਪਿਸਤੌਲ ਤੇ 2000 ਰੌਂਦ ਇਕੱਠੇ ਕਰਕੇ ਇੱਕ ਬਾਕਸੇ 'ਚ ਪਾ ਕੇ ਉਹਨੂੰ ਲੋਕ ਲਾ ਕੇ ਸਮੁੰਦਰੀ ਬੇੜੇ 'ਚ ਰੱਖ ਕੇ ਉਹਦੀ ਚਾਬੀ ਪੜਾਉਣ ਦਾ ਗਦਰੀ ਬਾਬੇ ਨੇ। ਕਿਉਂਕਿ ਭਗਤ ਸਿੰਘ ਨੂੰ ਟੋਪੀ ਵਾਲਾ ਵੀ ਬਣਾ ਦਿੱਤਾ ਜਾ ਸਕਦਾ ਸੀ ਇਸੇ ਕਰਕੇ ਉਹਨੂੰ ਕੀਆ ਧੁੰਦਲਾ ਕੀਤਾ ਜਾ ਸਕਦਾ ਸੀ ਕਰਤਾਰ ਸਿੰਘ ਸਰਾਭਾ ਦੀਆਂ ਲਿਖਤਾਂ ਵੀ ਖਤਮ ਕੀਤੀਆਂ ਗਈਆਂ ਭਗਤ ਸਿੰਘ ਦੇ ਉੱਤੇ ਚਾਰ-ਚਾਰ ਪੰਜ-ਪੰਜ ਫਿਲਮਾਂ ਬਣਦੀਆਂ ਸੈਂਸਰ ਬੋਰਡ ਸਾਰੇ ਪ੍ਰਵਾਨਗੀ ਦੇ ਦਿੰਦੇ ਆ ਕਿਉਂਕਿ ਉਹਦੇ ਵਿੱਚ ਬੜਾ ਕੁਝ ਕੀਆ ਉੱਥੇ ਕਟਿੰਗ ਵਾਲਾ ਭਗਤ ਸਿੰਘ ਵੀ ਦਿਖਾਉਣਾ ਸੌਖਾ ਹੋਰ ਬਹੁਤ ਦਿਖਾਉਣਾ ਤੋੜ ਮਰੋੜ ਕੇ ਪਰ ਕਰਤਾਰ ਸਿੰਘ ਸਰਾਭਾ ਦੀ ਪੱਗ ਨਹੀਂ ਲਾ ਸਕਦੇ ਕਿ ਜੇ ਸਰਸੇ ਵਾਲੇ ਬਾਬੇ ਆਪਦੇ ਬਾਬੇ ਨੂੰ ਚਲਾ ਸਕਦੇ ਫਿਰ ਅਸੀਂ ਗਦਰੀ ਬਾਬਿਆਂ ਨੂੰ ਨਹੀਂ ਚਲਾ ਸਕਦੇ ਤੇ ਗਦਰੀ ਬਾਬੇ ਉਹ ਜਿੰਨਾ ਕਰਕੇ ਅੱਜ ਅਸੀਂ ਕੁਝ ਨਾ ਕੁਝ ਸਿਖਾਵਾਂ ਸਾਹ ਲੈਣਿਆ ਪੂਰਾ ਸਿਖਾਵਾਂ ਸਾਹ ਤਾਂ ਨਹੀਂ ਉਹ ਨਾ ਲੈਣ ਦਾ ਕਾਰਨ ਵੀ ਸਾਡੀ ਪੁੱਛਦੇ ਲਈ ਆ ਅਸੀਂ ਗੁਲਾਮ ਤਾਂ ਕਿਉਂਕਿ ਸਾਡੇ ਚ ਲੜਨ ਦਾ ਮद्दा ਨਹੀਂ ਤੇ ਲੜਨ ਦਾ ਮद्दा ਤਾਂ ਪੈਦਾ ਹੋ ਜੇ ਸਾਡੇ ਰੋਲ ਮਾਡਲ ਕਰਤਾਰ ਸਿੰਘ ਸਰਾਪੇ ਆਉਣੇ ਵੀ ਹੋਣਗੇ ਸਤਿ ਸ੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ 3 ਨਵੰਬਰ ਐ ਸ਼ੁੱਕਰਵਾਰ ਦੇ ਦਿਨ ਭਾਵ ਅੱਜ ਦੇ ਦਿਨ ਜਿਹੜੇ ਆ ਸਰਾਬਾ ਫਿਲਮ ਰਿਲੀਜ਼ ਹੋਣੀ ਸੀ ਕਰਤਾਰ ਸਿੰਘ ਸਰਾਬਾ ਹੋਰਾਂ ਦੀ ਜੀਵਨੀ ਤੇ ਫਿਲਮ ਜਿਹੜੀ ਆ ਉਹ ਬਣੀ ਹੋਈ ਹੈ ਰਿਲੀਜ਼ ਹੋਣੀ ਸੀ ਮੈਂ ਤਾਂ ਕਿਹਾ ਕਿਉਂਕਿ ਸੈਂਸਰ ਜਿਹੜਾ ਫਿਲਮ ਨੂੰ ਹਾਲੇ ਤੱਕ ਨਹੀਂ ਮਿਲਿਆ ਤੇ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਇਸ ਚੀਜ਼ ਦੀ ਨਿਰਾਸ਼ ਆਇਆ ਕਿ ਯਾਰ ਕਰਤਾਰ ਸਿੰਘ ਸਰਾਬਾ ਦੇ ਉੱਪਰ ਫਿਲਮ ਹੋਣੀ ਸੀ ਇਤਿਹਾਸਕ ਫਿਲਮ ਸੀ ਅਸੀਂ ਦੇਖਣਾ ਸੀ ਤੇ ਰਿਲੀਜ਼ ਨਹੀਂ ਹੋਈ ਫਿਲਮ ਜਦੋਂ ਆਊਗੀ ਦੇਖਾਂਗੇ ਫਿਲਮ ਦੇ ਵਿੱਚ ਕੀ ਦਿਖਾਇਆ ਗਿਆ ਕਰਤਾਰ ਸਿੰਘ ਸਰਾਭਾ ਹੋਰਾਂ ਦੇ ਬਾਰੇ ਕੀ ਦਿਖਾਇਆ ਗਿਆ ਉਹ ਤਾਂ ਜਦੋਂ ਫਿਲਮ ਨੇ ਆਉਣਾ ਆ ਉਹਦੀ ਪਤਾ ਲੱਗਗਾ ਪਰ ਅਸਲ ਦੇ ਵਿੱਚ ਕਰਤਾਰ ਸਿੰਘ ਸਰਾਭਾ ਦੀ ਜ਼ਿੰਦਗੀ ਤੇ ਅੱਜ ਇੱਕ ਝਾਤ ਮਾਰਾਂਗੇ ਕਰਤਾਰ ਸਿੰਘ ਸਰਾਭਾ ਕੌਣ ਸੀ ਐਸਾ ਨੌਜਵਾਨ ਜੀ ਨੇ 17 ਸਾਲ ਦੀ ਉਮਰ ਦੇ ਵਿੱਚ ਜਿਹੜਾ ਹੈਗਾ ਕੀ ਕੁਝ ਜਿਹੜਾ ਆ ਆਪਣੇ ਵਤਨ ਦੇ ਲਈ ਕੀਤਾ ਕੀ ਕੁਝ ਆਜ਼ਾਦ ਹੋਣ ਦੇ ਲਈ ਕੀਤਾ ਇਸ ਤੇ ਬਾਅਦ ਗੱਲਬਾਤ ਕਰਾਂਗੇ ਮੇਰੇ ਨਾਲ ਭਾਈ ਰੁਪਿੰਦਰ ਹੋਣਗੇ ਸਭ ਤੋਂ ਪਹਿਲਾਂ ਰੁਪਿੰਦਰ ਦਾ ਸਵਾਗਤ ਕਰ ਲਈਏ ਫਿਰ ਅਗਲੀ ਗੱਲਬਾਤ ਪਤਾ ਗਏ ਰੁਪਿੰਦਰ ਭਾਈ ਸਵਾਗਤ ਆ ਰਮਵੀ ਟੀਵੀ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਇੱਕ ਨਿਰਾਸ਼ਾ ਤਾਂ ਭਾਈ ਅਜ ਹੋਈ ਆ ਕਿ ਕਰਤਾਰ ਸਿੰਘ ਸਰਾਭਾ ਫਿਲਮ ਆਉਣੀ ਸੀ ਤੇ ਅੱਜ ਦੇ ਦਿਨ ਜਿਹੜਾ ਉਹਨੂੰ ਸੈਂਸਰ ਜਿਹੜਾ ਨਹੀਂ ਦਿੱਤਾ ਗਿਆ ਨਿਰਾਸ਼ਾ ਨਹੀਂ ਕਹਿੰਦਾ ਭਾਈ ਮੈਂ ਤਾਂ ਇੱਕ ਗੱਲ ਕਹਿਣਾ ਕਿਉਂਕਿ ਇਹ ਗੱਲ ਦਾ ਲਗਭਗ ਬਹੁਤਿਆਂ ਨੂੰ ਪਤਾ ਸੀ ਹੂੰ ਤੇ ਤੁਸੀਂ ਜਿਵੇਂ ਗੱਲ ਕੀਤੀ ਹੈ ਕਿ ਲੋਕਾਂ ਦੇ ਨਾਸ਼ਾ ਉਹਨਾਂ ਚ ਪਾਈ ਜਾ ਰਹੀ ਹੈ ਜਿਹੜੇ ਲੋਕ ਅਸਲ ਜਜਵਾਤੀ ਤੇ ਜਿਹੜੇ ਕਰਤਾਰ ਸਿੰਘ ਸਰਾਬੇ ਇਹਨੂੰ 10 ਮੈਂ ਕਹਣਾ ਵੀ 1-2% ਵੀ ਜਾਣਦੇ ਆ ਹੂੰ ਤੇ ਜੇ ਮੈਂ ਕਹਣਾ ਫਿਲਮ 10% ਵੀ ਕਰਤਾਰ ਸਿੰਘ ਸਰਾਬੇ ਦੇ کردار ਨੂੰ ਦਿਖਾਉਣ ਚ ਕਾਮਯਾਬ ਹੋਈ ਤਾਂ ਤੁਸੀਂ ਮਾਕੇ ਦੁਨੀਆ ਦੇ ਵਿੱਚ ਇੱਕ ਨਵਾਂ ਚੇਂਜ ਆਉਂਦਾ ਦੇਖੋਗੇ ਹੂੰ ਸਭ ਤੋਂ ਵੱਡੀ ਗੱਲ ਇਹ ਆ ਕਿ ਤੇ ਸੈਂਸਰ ਨੇ ਕਿਉਂ ਚੈੱਕ ਲਾਇਆ ਇਹ ਫਿਲਮ ਸਰਸੇ ਵਾਲੇ ਬਾਬੇ ਦੀ ਹੁੰਦੀ ਨਾ ਫਿਰ ਚੈੱਕ ਨਹੀਂ ਲੱਗਦਾ ਸੀ ਇਹ ਗਦਰੀ ਬਾਬੇ ਦੀ ਫਿਲਮ ਆ ਇਹੀ ਫਰਕ ਆ ਸਰਸੇ ਵਾਲੇ ਬਾਬੇ ਦੇ ਗਦਰੀ ਬਾਬਿਆਂ ਦਾ ਤੇ ਸਾਨੂੰ ਕੀ ਇਹ ਕਿਰਦਾਰ ਕਿਹੜੇ ਪਸੰਦ ਨੇ ਇਹ ਲੋਕਾਂ ਨੂੰ ਸਮਝਣਾ ਪੈਣਾ ਪਹਿਲੀ ਗੱਲ ਦਾ ਗਦਰੀ ਬਾਬੇ ਦਾ ਕਿਰਦਾਰ ਲੋਕਾਂ ਦੇ ਵਿੱਚ ਅੱਜ ਤੱਕ ਸਾਹਮਣੇ ਆਉ ਨਹੀਂ ਦਿੱਤਾ ਗਿਆ ਅਸੀਂ ਆਸ ਕਰਦੇ ਹਾਂ ਕਿ ਜੇ ਮੈਂ ਕਹਣਾ ਵੀ ਇਹ ਫਿਲਮ ਲੋਕਾਂ ਦੇ ਵਿੱਚ ਸਹੀ ਕਿਰਦਾਰ ਆ ਜਿਹੜਾ ਉਹ ਲਿਹਾਉਣ ਤੇ ਕਾਮਯਾਬ ਹੋਗੀ ਤੇ ਕਰਤਾਰ ਸਿੰਘ ਸਰਾਬੇ ਦੇ ਅਕਸ਼ ਨੂੰ ਕਿਉਂਕਿ ਕਰਤਾਰ ਸਿੰਘ ਸਰਾਬੇ ਨੂੰ ਜਸਟੀਫਾਈ ਕਰਨਾ ਉਹਦੇ ਕਿਰਦਾਰ ਨੂੰ ਨਾ ਮੁਨਕੇ ਨਾ ਬਾਈ ਜੀ ਦਿਖਾਇਆ ਨਹੀਂ ਜਾ ਸਕਦਾ ਇੱਕ ਬੰਦਾ ਯਾਰ ਉਹਦਾ ਚਿਹਰਾ ਉਹਦੀਆਂ ਅੱਖਾਂ ਤੇ ਉਹਦੇ ਬੋਲ ਕੀ ਹੋਣਗੇ ਜਿਹੜੇ ਬੰਦੇ ਦੀ ਗੱਲ ਸੁਣ ਕੇ 80-80 ਸਾਲ ਦੇ ਬਜ਼ੁਰਗ ਆ ਜਿਹੜੇ ਉਹ ਆਪ ਦੀ ਜਾਣ ਦੇਣ ਨੂੰ ਤਿਆਰ ਹੋ ਜਾਂਦੇ ਸੀ ਬਿਲਕੁਲ ਬੜੀ ਵੱਡੀ ਗੱਲ ਆ ਮੈਂ ਕਹਿੰਦਾ ਵੀ ਉਹ ਬੰਦਾ ਜਦੋਂ ਜਾ ਕੇ ਲੋਕਾਂ ਨਾਲ ਗੱਲ ਕਰਦਾ ਸੀ ਇੰਟਰੈਕਸ਼ਨ ਕਰਦਾ ਸੀ ਕੱਲਾ ਉਹ ਨਹੀਂ ਮੈਂ ਕਹਿੰਦਾ ਲਾਲਾ ਹਰਦਿਆਲ ਵਰਗੇ ਜਿਨ੍ਹਾਂ ਨੂੰ ਪੂਜੀਆ ਨਾ ਲਾਲਾ ਹਰਦਿਆਲ ਵਰਗੇ 6 ਮਹੀਨੇ ਪਕੌੜੇ ਰਹੇ ਆ ਤੇ ਮੈਂ ਕਹਿੰਦਾ ਲਾਲਾ ਹਰਦਿਆਲ ਵਰਗਿਆਂ ਨੂੰ ਵੀ ਮੋੜ ਕੇ ਇੱਧਰ ਲਾਉਣ ਵਾਲਾ ਤੇ ਉਸੇ ਟਾਈਮ ਤੇ ਮੈਂ ਕਹਿੰਦਾ ਵੀ ਜਦੋਂ ਵਰਲਡ ਵਾਰ ਦਾ ਪਹਿਲਾ ਅੰਦਾਜ਼ਾ ਲਾ ਕੇ ਸਾਰੇ ਸੋਹਣ ਸਿੰਘ ਭਗਨਾਰਗਿਆਂ ਨੂੰ ਸਾਰਿਆਂ ਨੂੰ ਮੋਟੀਵੇਟ ਕਰਨ ਵਾਲਾ ਬੰਦਾ 17 ਸਾਲ ਦਾ ਨੌਜਵ ਕਰਤਾਰ ਸਿੰਘ ਸਰਾਭਾ ਉਹ ਬੰਦੇ ਦੇ ਯਾਰ ਮੈਂ ਕਹਿੰਦਾ ਕਿਰਦਾਰ ਦਾ ਨਾ ਤਾਂ ਕੋਈ ਤਸਵੀਰ ਅਕਸ਼ੋ ਦਾ ਮੈਂ ਕਿ ਅਸੀਂ ਬਣਾ ਸਕਦੇ ਹਾਂ ਮਨਾਂ ਦੇ ਵਿੱਚ ਕਿਉਂਕਿ ਉਹ ਕਿਰਦਾਰ ਉਹ ਜਲੌ ਉਹ ਅੱਖਾਂ ਦੀ ਭਾਸ਼ਾ ਉਹਦੇ ਬੋਲਾਂ ਦਾ ਕੀ ਹੋਊਗਾ ਅੱਜ ਦੇ ਦੌਰ ਦੇ ਵਿੱਚ ਅਸੀਂ ਦੇਖਦੇ ਹਾਂ 17 ਸਾਲ ਦਾ ਕੋਈ ਬੰਦਾ ਗੱਲ ਕਰਦਾ ਹੋਵੇ ਮੇਰੇ ਵਰਗਾ ਕਹਿੰਦਾ ਯਾਰ ਕੱਲ ਤਾਂ ਜੰਮਿਆ ਕੀ ਦੇਊਗਾ ਸਾਡੇ ਵਰਗਿਆਂ ਨੂੰ ਵੀ ਕਿਹਾ ਜਾਂਦਾ ਪਰ ਉਹਦੇ ਕਿਰਦਾਰ ਨੂੰ ਮੈਂ ਕਹਿੰਦਾ ਜੇ ਫਿਲਮ 10% ਵੀ ਜਸਟੀਫਾਈ ਕਰ ਸਕੇ ਨਾ ਤਾਂ ਮੈਂ ਕਹਿੰਦਾ ਵੀ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਨਵੀਂ ਚੇਤਨਤਾ ਮਿਲਣੀ ਹੈ ਕਿਉਂਕਿ ਮੈਨੂੰ ਚੇਤਨਤਾ ਉਸਦੇ ਕਿਰਦਾਰ ਤੋਂ ਮਿਲੀ ਹੈ ਮੈਂ ਕਰਤਾਰ ਸਿੰਘ ਸਰਾਬੇ ਨੂੰ ਇੰਨਾ ਕਿ ਨਿੱਠ ਕੇ ਪੜਿਆ ਛੋਟਾ ਹੁੰਦਾ ਵੀ ਮੈਂ ਉਹਦੇ ਤੇ ਇੱਕ ਨਾਟਕ ਖੇਡਦਾ ਰਿਹਾ ਹੂੰ ਰੋਲਾ ਵੀ ਕਰਤਾਰ ਸਿੰਘ ਸਰਾਬੇ ਦਾ ਜਿਹੜਾ ਕਿਰਦਾਰ ਸੀ ਹੂੰ ਉਹਨੂੰ ਨਿਭਾਉਣ ਖਾਤਰ ਉਹਨੂੰ ਸਮਝਣਾ ਜ਼ਰੂਰੀ ਸੀ ਇਸੇ ਕਰਕੇ ਉਹਨੂੰ ਮੈਨੂੰ ਡਿਟੇਲ ਚ ਪੜ੍ਹਨਾ ਪਿਆ ਤੇ ਜਿੰਨਾ ਕਰਤਾਰ ਸਿੰਘ ਸਰਾਬੇ ਨੂੰ ਪੜਿਆ ਇੱਕੋ ਗੱਲ ਸਮਝ ਆਈ ਜਿਵੇਂ ਆ ਸਾਡੇ ਲੋਕਾਂ ਦੀ ਇੱਕ ਸੋਚ ਆ ਵੀ ਇਕੱਲੇ ਦੇ ਕਰਨ ਨਾਲ ਕੀ ਹੋਜੂ ਬਿਲਕੁਲ ਕਰਤਾਰ ਸਿੰਘ ਸਰਾਬੇ ਨੂੰ ਸਮਝ ਕੇ ਜਾਣ ਕੇ ਪਤਾ ਲੱਗਦਾ ਕਿ ਇਕੱਲੇ ਬੰਦੇ ਦੀ ਤਾਕਤ ਕੀ ਹੁੰਦੀ ਆ ਇੱਕ ਕੱਲਾ ਬੰਦਾ 17 ਸਾਲ ਦਾ ਨੌਜਵਾਨ ਜੇ ਇੱਕ ਬੰਦਾ ਕਿਰਪਾਲ ਸਿੰਘ ਨਾਂ ਦਾ ਬੰਦਾ ਬੇਈਮਾਨਾ ਨਾ ਹੁੰਦਾ ਕੱਲਾ 17 ਸਾਲ ਦਾ ਨੌਜਵਾਨ ਪੂਰੇ ਭਾਰਤ ਨੂੰ ਆਜ਼ਾਦ ਕਰਾ ਜਾਂਦਾ ਇਹ ਤਾਕਤ ਹੁੰਦੀ ਹੈ ਇਕੱਲੇ ਬੰਦੇ ਦੀ ਤੇ ਮੈਂ ਕਹਣਾ ਵੀ ਉਹਨੂੰ ਜਿਹੜੇ ਨਾਂ ਦਿੱਤੇ ਗਏ ਸੀ ਉਹਦੇ ਨਾਂ ਕੀ ਸੀ ਉਹਨੂੰ ਹਿਊਮਨ ਡੈਨਮੋ ਕਹਿੰਦੇ ਡੈਨਮੋ ਕਿ ਜਿਹੜਾ ਕਰੰਟ ਪੈਦਾ ਕਰਦਾ ਉਹਨੂੰ ਕਰੰਟ ਵਾਲੀ ਮਸ਼ੀਨ ਕਿਹਾ ਜਾਂਦਾ ਸੀ ਉਹਨੂੰ ਸਲੇਡਾ ਕਿਹਾ ਜਾਂਦਾ ਸੀ ਉਡਣਾ ਸੱਪ ਕਿਹਾ ਜਾਂਦਾ ਸੀ ਉਡਣਾ ਸੱਪ ਕਹਿਣ ਦਾ ਮਕਸਦ ਕੀ ਸੀ ਕਿ ਉਹ ਬੰਦੇ 'ਚ ਐਨੀ ਫੁਰਤੀ ਸੀ ਤੁਸੀਂ ਇਹ ਦੇਖੋ ਮੈਂ ਕਹਣਾ ਵੀ ਦੁਨੀਆ ਦੀ ਕ੍ਰਾਂਤੀ ਦੇ ਵਿੱਚ ਕਿਸੇ ਬੰਦੇ ਨੇ ਕ੍ਰਾਂਤੀ ਕਰੀ ਜੇ ਕੰਮ ਕੀਤਾ ਤਾਂ ਉਹਦਾ 6 ਮਹੀਨੇ ਦਾ ਵਰਕ ਜੇ ਸੀ ਕਿਲਾ ਜਿਹੜਾ ਭਾਰਤ ਜਾ ਕੇ ਉਹਨੇ ਕੀਤਾ ਕਦੋਂ ਆਉਂਦਾ ਉਹ ਸਤੰਬਰ ਮਹੀਨੇ ਚ ਆਉਂਦਾ ਤੇ ਫਰਵਰੀ ਚ ਕੀਆ ਉਹ ਫੜਿਆ ਜਾਂਦਾ ਹਮ ਇੰਨੇ ਸਮੇਂ ਦੇ ਦੌਰਾਨ ਜਿੰਨਾ ਉਹ ਕੰਮ ਕਰਦਾ ਉਸ ਸਮੇਂ ਦੇ ਦੌਰਾਨ ਪੂਰੇ ਮੁਲਕ ਦੇ ਵਿੱਚ ਜੇ ਕੋਈ ਅੰਗਰੇਜ਼ਾਂ ਦੇ ਖਿਲਾਫ ਕੋਈ ਬਗਾਵਤ ਹੋਈ ਤੇ ਜਿਹੜਾ ਵੀ ਕੋਈ ਕੰਮ ਹੋਇਆ ਉਹ ਜਿਹੇ ਸੈਂਟਰ ਦੇ ਵਿੱਚ ਕਰਤਾਰ ਸਿੰਘ ਸਰਾਭਾ ਖੜਾ ਹਮ ਸੋਚਣ ਵਾਲੀ ਗੱਲ ਆ ਉਹ ਕਰਤਾਰ ਸਿੰਘ ਸਰਾਭਾ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਕੰਮ 2-2 ਸਾਲਾਂ ਚ ਲੋਕ ਜਹਾਜ਼ ਉਡਾਉਣਾ ਸਿੱਖਦੇ ਆ 5 ਹਫ਼ਤਿਆਂ ਚ ਬੰਦਾ ਜਹਾਜ਼ ਉਡਾਉਣਾ ਸਿੱਖ ਲੈਂਦਾ ਪਹਿਲਾ ਸਿੱਖ ਪਾਇਲਟ ਵੀ ਹੋਇਆ ਰੋਲਾ ਭਾਈ ਜੀ ਜਿਹੜਾ ਤੁਸੀਂ ਗੱਲ ਕੀਤੀ ਨਾ ਤੁਹਾਡੇ ਗੱਲ ਦੀ ਬੜੀ ਬਰੀਕੀ ਸਮਝ ਉਹ ਸਿੱਖ ਪਾਇਲਟ ਸ਼ਬਦ ਵਰਤੇ ਆ ਸਭ ਤੋਂ ਵੱਡੀ ਜਿਹੜੀ ਕੀ ਆ ਅੱਜ ਸੈਂਸਰ ਬੋਰਡ ਤਾਂ ਜਾਂ ਜਿਹੜੇ ਬੰਦੇ ਉਹਨੂੰ ਡਰ ਆ ਅੱਜ ਨਹੀਂ ਮੈਂ ਕਹਣਾ ਵੀ ਆਜ਼ਾਦੀ ਦੇ ਟਾਈਮ ਗਾਂਧੀ ਵਰਗਿਆਂ ਨੂੰ ਵੀ ਆਜ਼ਾਦੀ ਤੋਂ ਬਾਅਦ ਵੀ ਗਦਰੀ ਬਾਬੇ ਤੋਂ ਡਰ ਕਿਉਂ ਰਿਹਾ ਕਿਉਂਕਿ ਗਦਰੀ ਬਾਬੇ ਜਿਹੜੇ ਸੀਗੇ ਉਹਨਾਂ ਜਿਹੜੀਆਂ ਮੇਨ ਜਿਹੜੀ ਚਿੰਗ ਬਾਹਰੋਂ ਲੈ ਕੇ ਆਏ ਸੀ ਉਹ ਸਿੱਖ ਸਿਧਾਂਤ ਦਾ ਕਿ ਚਿੰਗ ਲੈ ਕੇ ਆਏ ਸੀ ਸਿੱਖੀ ਫਲਸਫਾ ਲੈ ਕੇ ਆਏ ਜੀ ਤੁਸੀਂ ਸਿੱਖ ਕਿਹਾ ਕਰਤਾਰ ਸਿੰਘ ਸਰਾਭੇ ਨੂੰ ਤੇ ਮੈਂ ਕਹਣਾ ਜੀ ਇਹੀ ਅਕਸ਼ ਲੋਕਾਂ ਦੇ ਵਿੱਚ ਸਹੀ ਰੂਪ ਚ ਵਗ ਗਿਆ ਤਾਂ ਲੋਕਾਂ ਉਹੀ ਜਿਹੜੀ ਜਾੜਾ ਉਹ ਕਰਤਾਰ ਸਿੰਘ ਸਰਾਭਾ ਨੇ ਲਾਈ ਸੀ 1914 ਦੇ ਵਿੱਚ ਜਦੋਂ ਪਹਿਲੀ ਵਿਸ਼ਵ ਜੰਗ ਲੱਗਦੀ ਆ ਤਾਂ ਵਿਸ਼ਵ ਜੰਗ ਦੇ ਵਿੱਚ ਕੀ ਆ ਕਰਤਾਰ ਸਿੰਘ ਸਰਾਭਾ ਐਡਾ ਦੂਰਅੰਦੇਸ਼ੀ ਸੀ ਉਹ ਬੰਦਾ ਪਹਿਲਾਂ ਜੱਜਮੈਂਟ ਲਾ ਲਈ ਸੀ ਅੰਗਰੇਜ਼ ਕਮਜ਼ੋਰ ਕਦੋਂ ਹੋਣਗੇ ਦੁਸ਼ਮਣ ਜਦੋਂ ਕਮਜ਼ੋਰ ਆ ਉਦੋਂ ਉਹਦੇ ਤੇ ਕੀ ਆ ਹਮਲਾ ਕੀਤਾ ਜਾਂਦਾ ਤਾਂ ਪਤਾ ਸੀ ਕਿ ਉਸ ਟਾਈਮ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਕਿ ਨੌ ਦੇ ਵਿੱਚੋਂ ਸੱਤ ਅਗਰਸਾਲੇ ਕੀ ਆ ਬਾਹਰ ਜਾ ਚੁੱਕੇ ਸੀ ਲੜਨ ਵਾਸਤੇ ਹੋਰ ਫਰਾਂਟਾਂ ਦੇ ਉੱਤੇ 53 ਪਲਟਨਾ ਸੀਗੀਆਂ ਫੌਜਾਂ ਦੀਆਂ 53 ਦੇ ਚੋਂ ਲਗਭਗ 42-43 ਬਾਹਰ ਸੀ ਤੋਪਖਾਨੇ ਸਾਡੇ ਕੀ ਆ ਜਿਹੜੇ ਸੀਗੇ 52 ਤੋਪਖਾਨਿਆਂ ਦੇ ਵਿੱਚੋਂ ਲਗਭਗ 43 ਤੋਪਖਾਨੇ ਬਾਹਰ ਗਏ ਹੋਏ ਸੀ 15000 ਦੀ ਕੁੱਲ ਨਾਫਰੀ ਸੀ ਸਾਰੇ ਮੁਲਕ ਦੇ ਵਿੱਚ ਤਾਂ ਉਹਨੂੰ ਪਤਾ ਸੀ ਕਿ ਕਮਜ਼ੋਰ ਆ ਦੁਸ਼ਮਣ ਉਦੋਂ ਅਟੈਕ ਕਰਨਾ ਬਣਦਾ ਇਸੇ ਕਰਕੇ ਉਹਨੇ ਸਾਰਿਆਂ ਨੂੰ ਮੋਟੀਵੇਟ ਕੀਤਾ ਤੇ ਮੈਂ ਕਹਣਾ ਵੀ ਜੇ ਕਿਤੇ ਲਾਲਾ ਹਰਦਿਆਲ ਨੂੰ ਅਸੀਂ ਲੱਖ ਪੂਜੀ ਜਾਈਗੀ ਲਾਲਾ ਹਰਦਿਆਲ ਦੇ ਜੇ 6 ਮਹੀਨੇ ਲੇਟ ਨਾ ਕਰਾਉਂਦਾ ਭਗੌੜਾ ਨਾ ਹੁੰਦਾ ਜਦੋਂ ਉਹਨੂੰ ਗਦਰ 마ਕੇ ਅਖਬਾਰ ਕੱਢਣ ਵਾਸਤੇ ਜ਼ਿੰਮੇਵਾਰੀ ਦਿੱਤੀ ਗਈ ਤਾਂ 6 ਮਹੀਨੇ ਲਗਭਗ ਉਹ ਟਾਲਮਟੋਲ ਕਰਦਾ ਰਹੇ ਤੇ ਆਸਾਪਾਸਾ ਕਰਦਾ ਰਿਹਾ। ਉਹੀ 6 ਮਹੀਨੇ ਦਾ ਟਾਈਮ ਜੇ ਹੋਰ ਪ੍ਰਕਰਤਾਰ ਸਿੰਘ ਸਰਾਬੇ ਦੀ ਜ਼ਿੰਦਗੀ 'ਚ ਜੋੜ ਦਈਏ। 6 ਮਹੀਨੇ 'ਚ ਜਿਹੜਾ ਕਰਕੇ ਗਿਆ ਤੇ ਜੇ ਉਹਨੂੰ 6 ਮਹੀਨੇ ਵੱਧ ਮਿਲ ਜਾਂਦੇ ਤਾਂ ਮੁਲਕ ਸਾਡਾ 1918 ਤੋਂ ਪਹਿਲਾਂ ਆਜ਼ਾਦ ਹੁੰਦਾ। ਹੂੰ ਉਸੇ ਚੀਜ਼ ਤੋਂ ਡਰਦੇ ਮਾਰੇ ਅੰਗਰੇਜ਼ਾਂ ਨੇ ਦੂਸਰੀ ਵਿਸ਼ਵ ਜੰਗ ਤੋਂ ਪਹਿਲਾਂ ਕਹਿਤਾ ਸੀ ਕਿ ਤੁਹਾਨੂੰ ਆਜ਼ਾਦ ਕਰ ਦਾਂਗੇ ਸਾਡਾ ਸਾਥ ਦਿਓ ਤੇ ਗਾਂਧੀ ਵਰਗੇ ਭਾਰਤੀਆਂ ਕਰਾਉਂਦੇ ਰਹੇ ਨੇ। ਹੂੰ ਫੌਜ ਦੇ ਵਿੱਚ ਜਿਹੜੀ ਭਰਤੀ ਹੁੰਦੀ ਸੀ ਕਾਂਗਰਸ ਪਾਰਟੀ ਨੇ ਖੁਦ ਭਰਤੀ ਕਰਾਈ ਸੀ ਫੌਜ ਦੇ ਵਿੱਚ ਵੀ ਸਾਨੂੰ ਹਾਂ ਛੇਤੀ ਆਜ਼ਾਦ ਹੋਵਾਂਗੇ ਵੀ ਛੇਤੀ ਅੰਗਰੇਜ਼ ਜਿੱਤਣ ਠੀਕ ਹੈ ਮੈਂ ਕਹਣਾ ਵੀ ਗਦਰੀ ਬਾਬਿਆਂ ਨੂੰ ਆਜ਼ਾਦੀ ਤੱਕ ਗਾਂਧੀ ਅਰਗਣੇ ਦਵੱਲੀ ਫਰੇ ਗਦਰੀ ਬਾਬੇ ਨਾਲ ਗਦਾਰੀਆਂ ਕਿਹਨੇ ਕੀਤੀਆਂ ਨੇ ਸਭ ਤੋਂ ਵੱਡੀਆਂ ਗਦਾਰੀਆਂ ਕੀ ਉਹਦੀ ਸਾਰੀਆਂ ਧਿਰਾਨੇ ਕੀਤੀਆਂ ਨੇ ਤੇ ਆਜ਼ਾਦੀ ਤੋਂ ਬਾਅਦ ਵੀ ਗਦਰੀ ਬਾਬੇ ਦਾ ਜੇਲਾ 'ਚ ਰਹੇ ਨੇ ਇਸੇ ਕਰਕੇ ਦਾ ਸੋਨ ਸਿੰਘ ਭਕਰਾਂ ਨੂੰ ਕਹਿਣਾ ਪਿਆ ਕਿ ਮੇਰੀ ਢੂਈ ਦਾ ਕੋਬਾ ਜਿਹੜਾ ਇਹ ਅੰਗਰੇਜ਼ਾਂ ਨੇ ਨਹੀਂ ਪਾਇਆ ਇਹ ਸਾਡੇ ਭਾਰਤ ਦੇ ਸਿਆਸਤਦਾਨਾਂ ਨੇ ਪਾਇਆ ਜਿਹੜੇ ਬੰਦੇ ਆਜ਼ਾਦੀ ਜਿਹੜੀ ਉਹ ਚਾਹੁੰਦੇ ਸੀ ਆਜ਼ਾਦੀ ਦਾ ਸੁਪਨਾ ਲੈ ਕੇ ਗਦਰੀ ਬਾਬੇ ਬਾਹਰਲੀ ਧਰਤੀ ਛੱਡ ਕੇ ਆਏ ਸੀ ਉਹ ਆਜ਼ਾਦੀ ਇਹ ਨਹੀਂ ਸੀ ਉਹ ਆਜ਼ਾਦੀ ਕੀ ਸੀ ਮਜਲੂਮਾਂ ਦੇ ਉੱਤੇ ਜ਼ੁਲਮ ਨੂੰ ਰੋਕਣਾ ਸਾਡੇ ਗੁਰੂ ਦਾ ਫਲਸਫਾ ਲੈ ਕੇ ਆਏ ਸੀ ਸਿੱਖੀ ਦਾ ਫਲਸਫਾ ਉਹਨਾਂ ਦੇ ਅੰਦਰ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਉਸੇ ਚੀਜ਼ ਨੂੰ ਕਿ ਇਹਨਾਂ ਨੇ ਖਤਮ ਕਰਨ ਦੇ ਮਾਰੇ ਕੋਈ ਕਾਮਰੇਡ ਕਹਿ ਛੱਡਦਾ ਕੋਈ ਕੁਝ ਕਹਿ ਛੱਡਦਾ ਗਦਰੀ ਬਾਬੇ ਕਾਮਰੇਡ ਨਹੀਂ ਸੀ ਨਾ ਹੀ ਕੀਆ ਉਹ ਉਸ ਉਹਨਾਂ ਜੁੜੇ ਹੋਏ ਸੀ ਕਰਤਾਰ ਸਿੰਘ ਸਰਾਭਾ ਦੀ ਜ਼ਿੰਦਗੀ ਦੇ ਸਭ ਤੋਂ ਵੱਡਾ ਅਸਰ ਗੁਰੂ ਗੋਬਿੰਦ ਸਿੰਘ ਜੀ ਦਾ ਸੀ। ਹੂੰ। ਉਹਨੂੰ ਕਿਸੇ ਬੰਦੇ ਨੇ ਮਿਹਣਾ ਮਾਰਿਆ ਕਿ ਥੋੜਾ ਬਾਪੂ ਤਾਂ ਯਾਰ ਚਾਰ ਪੁੱਤ ਵਰਗਾ ਤੁਸੀਂ ਤਾਂ ਅਜੇ ਵੀ ਗੁਲਾਮ ਹੋ। ਇਸੇ ਸੋਚ ਨੂੰ ਲੈ ਕੇ ਕਰਤਾਰ ਸਿੰਘ ਸਰਾਭਾ ਪੂਰੇ ਅਮਰੀਕਾ ਦੇ ਵਿੱਚ ਨਹੀਂ ਕੈਨੇਡਾ ਦੇ ਵਿੱਚ ਵੀ ਉਹਦੀਆਂ ਹੱਥ ਲਿਖਤਾਂ ਤੇ ਉਹਦੇ ਦੁਆਰਾ ਗੇੜ ਕੇ ਜਿਹੜੀ ਮਸ਼ੀਨ ਸਾਰੀ-ਸਾਰੀ ਰਾਤ ਟੋਕੇ ਵਾਲੀ ਮਸ਼ੀਨ ਵਾਂਗੂ ਮਸ਼ੀਨ ਗੇੜਦਾ ਸੀ। ਸਿਪਾਈ ਉਹਦੇ ਨਾਲ ਹੁੰਦੀ ਸੀ। ਸਿਪਾਈ ਕਰਦਾ ਅਖਬਾਰ ਲਿਖਦਾ ਲਿਖ-ਲਿਖ ਭਰਦਾ ਉਹ ਅਖਬਾਰ ਫੇਰ ਕੀ ਆ ਕੈਨੇਡਾ ਅਮਰੀਕਾ ਨਾਲ ਘਰ ਐਡਰੈਸਾਂ ਦੇ ਵੀ ਭੇਜਦਾ ਸੀ ਸੋਚਣ ਵਾਲੀ ਗੱਲ ਆ ਯਾਰ 17 ਸਾਲ ਦਾ ਨੌਜਵਾਨ ਅੱਜ 17 ਸਾਲ ਦੇ ਨੌਜਵਾਨ ਜਦੋਂ ਉਹਦੀ ਕੀਤੀ ਦੇਖੂਗਾ ਤਾਂ ਉਹਦੇ 'ਚ ਕਿਉਂ ਨਹੀਂ ਵਾਕੇ ਇੱਕ ਚਿੰਗੂਠੂ ਵੀ ਯਾਰ ਮੈਂ ਕੁਝ ਕਰ ਸਕਦਾ ਕਰਤਾਰ ਸਿੰਘ ਸਰਾਪ ਦੀ ਲਾਈਫ ਦੇਖ ਕੇ ਮੈਨੂੰ ਯਕੀਨ ਹੋਇਆ ਕਿ ਯਾਰ ਹਾਂ ਮੈਂ ਵੀ ਕੁਝ ਕਰ ਸਕਦਾ ਜੇ ਉਹ ਬੰਦੇ ਦਾ ਮੈਂ ਕਹਿੰਦਾ ਵੀ ਥੋੜਾ ਮੋਟਾ ਅੰਸ਼ ਵੀ ਅੱਜ ਦੇ ਨੌਜਵਾਨ ਸਿੱਖ ਲੈਣ ਸਮਝ ਲੈਣ ਤਾਂ ਮੈਂ ਕਹਿੰਦਾ ਵੀ ਦੁਨੀਆ ਦੇ ਵਿੱਚ ਬੜਾ ਵੱਡਾ ਬਦਲਾ ਆ ਜਾਣਾ ਇਸੇ ਕਰਕੇ ਜਿਵੇਂ ਬੱਬੂ ਮਾਨ ਨੇ ਗਾਣਾ ਗਾਇਆ ਕਿ ਨਾ ਭਗਤ ਸਿੰਘ ਆ ਗਿਆ ਸਰਾਪਾ ਕਿ ਤੇ ਰੱਖਿਆ ਕਿੰਨਾ ਨੇ ਆ ਸਮੇਂ ਦੀਆਂ ਹਕੂਮਤਾਂ ਨੇ ਅੰਗਰੇਜ਼ਾਂ ਨੇ ਵੀ ਰੱਖਿਆ ਸੀ ਕਾਂਗਰਸ ਨੇ ਵੀ ਰੱਖਿਆ ਜੀ ਹੁਣ ਤੱਕ ਰੱਖਿਆ ਹੁੰਦਾ ਰਿਹਾ ਸਭ ਤੋਂ ਵੱਡਾ ਕਾਰਨ ਹੈ ਕਿ ਕਰਤਾਰ ਸਿੰਘ ਸਰਾਭੇ ਦੇ ਅਖ਼ਰ ਨੂੰ ਧੁੰਦਲਾ ਕਰਨਾ ਬਹੁਤ ਔਖਾ ਸਭ ਤੋਂ ਵੱਡਾ ਕਾਰਨ ਕੀ ਆ ਉਹਦਾ ਹੁਣ ਭਗਤ ਸਿੰਘ ਨੂੰ ਇੱਕ ਕਟਹਿਰੇ 'ਚ ਖੜਾ ਕਰ ਦਿੱਤਾ ਗਿਆ ਹਾਲਾਂਕਿ ਉਹਦੀ ਬੜੀ ਵੱਡੀ ਸ਼ਹਾਦਤ ਆ ਬੜੀ ਵੱਡੀ ਸੋਚ ਦਾ ਮਾਲਕ ਸੀ ਪਰ ਉਹਦੇ ਪਰਿਵਾਰ ਦੇ ਪਿਛੋਕੜ ਕਰਕੇ ਬੜੀਆਂ ਚੀਜ਼ਾਂ ਉਹਦੇ ਤੌਮ ਤਾਂ ਲਾ ਕੇ ਦੁਨੀਆ ਨੂੰ ਵੰਡ ਦਿੱਤਾ ਗਿਆ ਸਾਡੇ ਮੁਲਕ ਨੂੰ ਵੰਡ ਦਿੱਤਾ ਗਿਆ ਸਿੱਖਾਂ ਨੂੰ ਵੰਡ ਦਿੱਤਾ ਗਿਆ ਕਾਮਰੇਡ ਤੇ ਸਿੱਖਾਂ ਜਿਵੇਂ ਵੰਡਿਆ ਗਿਆ ਬਿਲਕੁਲ ਬਿਲਕੁਲ ਠੀਕ ਹੈ ਉਹ ਬੰਦਿਆ ਤਾਂ ਜਾ ਸਕਦਾ ਸੀ ਕਿਉਂਕਿ ਉਹਦਾ ਜਿਹੜਾ ਪਿਸ਼ੋਕੜ ਸੀ ਕਿਤੇ ਨਾ ਕਿਤੇ ਉਹਦਾ ਪਿਸ਼ੋਕੜ ਆਰੀਆ ਸਮਾਜ ਨਾਲ ਜੁੜਦਾ ਸੀ ਹਮ ਪਰ ਕਰਤਾਰ ਸਿੰਘ ਸਰਾਬੇ ਦਾ ਪਿਸ਼ੋਕੜ ਦਾ ਕਿਤੇ ਜੋੜਿਆ ਵੀ ਨਹੀਂ ਨਾ ਜਾ ਸਕਦਾ 17 ਸਾਲ ਦੀ ਉਮਰ ਦੇ ਵਿੱਚ ਮਾਕੇ ਨਰੋਲ ਇੱਕ ਸਿੱਖ ਫਲਸਫਾ ਲੈ ਕੇ ਨੌਜਵਾਨ ਬਾਹਰਲੀ ਧਰਤੀ ਤੇ ਚੱਲ ਕੇ ਇੱਥੇ ਆ ਕੇ ਇੱਕ ਉਹ ਗਦਰ ਮੂਵਮੈਂਟ ਖੜੀ ਕਰ ਜਾਂਦਾ ਜਿਹੜੀ ਮੂਵਮੈਂਟ ਫਿਰ ਮਾਕੇ ਮੁਲਕ ਦੀ ਆਜ਼ਾਦੀ ਦਾ ਸਬਬ ਬਣਦੀ ਹੈ ਬਿਲਕੁਲ ਹੁਣ ਗਾਂਧੀ ਵਰਗੇ ਕਹਿਣ ਵੀ ਚਪੇੜੇ ਖਾ ਕੇ ਜਾਂ ਡਾਂਗਾ ਖਾ ਕੇ ਅਸੀਂ ਮੁਲਕ ਯਾਦ ਕਰਾਇਆ ਅੰਗਰੇਜ਼ਾਂ ਨੇ ਕੀ ਆ ਸਮਝ ਗਏ ਸੀ ਜਿਵੇਂ ਪਹਿਲੀ ਵਿਸ਼ਵ ਜੰਗ ਵੇਲੇ ਇਥੇ ਕੀ ਗਦਰ ਮੂਵਮੈਂਟ ਖੜੀ ਹੋ ਗਈ ਸੀ ਮਸਲਾ ਉਹੀ ਆ ਬਾਈ ਜੀ ਗਦਾਰਾਂ ਨੇ ਮਾਰਿਆ ਇਸੇ ਕਰਕੇ ਮੈਂ ਕਹਣਾ ਵੀ ਜੇ ਕਰਪਾਲ ਸਿੰਘ ਬੇਈਮਾਨਾ ਹੁੰਦਾ ਤਾਂ 17 ਸਾਲ ਦਾ ਨੌਜਵਾਨ ਉਹਨੂੰ ਸਲੇਡਾ ਕਿਉਂ ਕਿਹਾ ਜਾਂਦਾ ਉਹ ਵੀ ਸਮਝਣ ਵਾਲੀ ਗੱਲ ਆ ਉਹ ਬੰਦਾ ਰੂਹ ਪੋਸ਼ ਵੀ ਹੋ ਜਾਂਦਾ ਸੀ ਤੇ ਉਹਦੇ 'ਚ ਕੀ ਆ ਜਿਹੜਾ ਕਰੰਟ ਕਿਹਾ ਜਾਂਦਾ ਵੀ ਹਿਊਮਨ ਡੈਨਮੋ ਕਿਹਾ ਜਾਂਦਾ ਕਰੰਟ ਵਾਲੀ ਮਸ਼ੀਨ ਕਿਹਾ ਜਾਂਦਾ ਸਭ ਤੋਂ ਵੱਡਾ ਕਾਰਨ ਬਾਈ ਇਹ ਹੈ ਜੇ ਮੈਂ ਕਹਣਾ ਵੀ ਇਸ ਫਿਲਮ 'ਚ ਉਹਦਾ 2 ਫਰਵਰੀ ਹੂੰ ਤੋਂ ਲੈ ਕੇ 9-10 ਫਰਵਰੀ ਤੱਕ ਦਾ ਸਫ਼ਰ ਦਿਖਾ ਦਿੱਤਾ ਜਾਵੇ ਨਾ ਮੈਂ ਕਹਿੰਦਾ ਵੀ ਰੌਂਕਟੇ ਖੜੇ ਹੋ ਜਾਣਗੇ ਜੇ ਲੋਕ ਜਾਣ ਲੈਣਗੇ 2 ਤਰੀਕ ਨੂੰ ਬੰਦਾ ਇੱਥੋਂ ਚੱਲਦਾ ਅੰਮ੍ਰਿਤਸਰ ਤੋਂ ਪਹਿਲਾਂ ਪੰਜ ਜਾਂਦਾ ਲਾਹੌਰ ਲਾਹੌਰ ਤੋਂ ਫਿਰ 2 ਤਰੀਕ ਨੂੰ ਪਹੁੰਚਦਾ ਲੁਧਿਆਣੇ ਲੁਧਿਆਣੇ ਤੋਂ ਫਿਰ ਹੋ ਜਾਂਦਾ ਮੇਰਠ ਮੇੜ੍ਹ ਤੋਂ ਫਿਰ ਜਾਂਦਾ ਆਗਰੇ ਆਗਰੇ ਤੋਂ ਫਿਰ ਕਾਨਪੂਰ ਕਾਨਪੂਰ ਤੋਂ ਲਾਹਬਾਦ ਲਾਹਬਾਦ ਤੋਂ ਲਖਨਊ ਲਖਨਊ ਤੋਂ ਦਿੱਲੀ ਹੁੰਦਾ ਹੋਇਆ ਸਾਰੇ ਕਿਤੇ ਉਹ ਸ਼ੌਣੀਆਂ 'ਚ ਜਾ ਕੇ ਇੱਕ ਡੇਟ ਦੇ ਕੇ ਆਇਆ ਸੀ ਫੌਜੀਆਂ ਨੂੰ ਜਿੱਥੇ ਯਾਰ ਕਿਸੇ ਨੂੰ ਜਾਣਦਾ ਵੀ ਨਹੀਂ ਕੁਝ ਥਾਂ ਮਾਦੇ ਦਾ ਕੋਈ ਜਾਣ ਪਛਾਣ ਦੇ ਬੰਦੇ ਸੀਗੇ ਉਹਦੇ ਨਾਲ ਕੌਣ ਸੀ ਸੁੱਚਾ ਸਿੰਘ ਨਾਂ ਦਾ 15 ਸਾਲ ਦਾ ਨੌਜਵਾਨ ਆਪ 17 ਸਾਲ ਦਾ ਨੌਜਵਾਨ 15 ਤੇ 17 ਸਾਲ ਦੇ ਨੌਜਵਾਨ ਨੇ ਜਾ ਕੇ ਫੌਜ ਦੇ ਨਾਲ ਗੱਲਾਂ ਕੀ ਕੀਤੀਆਂ ਹੋਣਗੀਆਂ ਵੀ ਸਾਰੀ ਫੌਜ ਉੱਠ ਕੇ ਮਗਰ ਗਦਰ ਕਰਨ ਨੂੰ ਤਿਆਰ ਹੋ ਗਈ ਹਥਿਆਰ ਚਾਕੇ ਲੜਨ ਨੂੰ ਤਿਆਰ ਹੋ ਗਈ ਗੱਲਾਂ ਕੀ ਕਰਦਾ ਹੋ ਤੇ ਇਹਨੇ 7 ਦਿਨਾਂ ਦੇ ਵਿੱਚ ਬਈ ਜੀ ਉਹ ਇੱਕ ਡੇਟ ਦੇ ਆਇਆ ਸੀ ਜਿੱਥੇ ਕੋਈ ਜਾਣਦਾ ਵੀ ਨਹੀਂ ਜੇ ਉੱਥੇ ਜਾ ਕੇ ਵੀ ਜਾ ਕੇ ਕੋਈ ਬੰਦੇ ਪਗੜੀ ਧਰੀ ਨੂੰ ਦੇਖਦਾ ਸੀ ਪਗ ਬੰਨੀ ਵਾਲੇ ਸਰਦਾਰ ਨੂੰ ਜਾ ਕੇ ਛੇੜ ਲੈਂਦਾ ਉਹਦੀ ਦਾ ਮਾ ਕੇ ਇੰਨੀ ਕਮਾ ਕੇ ਸ਼ਖਸ਼ੀਅਤ ਮਾ ਕੇ ਉਹਦਾ ਅਕਸ਼ ਜੇ ਬਣਾ ਕੇ ਦੇਖਦੇ ਨਾ ਭਾਈ ਦਿਮਾਗ ਦੇ ਵਿੱਚ ਜਿਹਨ ਚ ਮਾ ਕੇ ਚਿਤਰ ਕੇ ਦੇਖਦੇ ਆ ਅਕਸ਼ ਬਣਦਾ ਨਹੀਂ ਇਥੇ ਕਰਕੇ ਕਹਿਣਾ ਉਹਦੇ ਕਿਰਦਾਰ ਨੂੰ ਜਸਟੀਫਾਈ ਕਰਨਾ ਬਹੁਤ ਔਖਾ ਇਸ ਮੁੰਡੇ ਦਾ ਜਿਹੜਾ ਕਿਰਦਾਰ ਫਿਲਮ ਚ ਦਿਖਾਇਆ ਗਿਆ ਥੋੜੀ-ਮੋਟੀ ਭਣ ਕੋ ਜੋ ਦਿਖਦੀ ਜ਼ਰੂਰ ਆ ਉਹਦੇ ਕਿਰਦਾਰ ਚੋਂ ਪਰ ਜਿਹੜਾ ਕਿਰਦਾਰ ਤੁਸੀਂ ਇਹ ਦੇਖੋ ਇੱਕ ਬੜੀ ਇੰਟਰਸਟਿੰਗ ਘਟਨਾ ਉਹਦੀ ਜ਼ਿੰਦਗੀ ਦੀ ਜਦੋਂ ਲੁਧਿਆਣੇ ਤੋਂ ਜਲੰਧਰ ਨੂੰ ਜਾਂਦਾ ਹੂੰ ਨਾਲ ਦੀ ਸਵਾਰੀ ਨਾਲ ਗੱਲੀ ਪੈ ਜਾਂਦਾ ਉਹਦੇ ਨਾਲ ਘੰਟੇ ਦੇ ਸਫ਼ਰ 'ਚ ਦੇਖੋ ਹੁਣ ਕੀ ਗੱਲ ਕੀਤੀ ਹੋ 17 ਸਾਲ ਦੇ ਨੌਜਵਾਨ ਨੇ ਕਿ ਜਲੰਧਰ ਦੇ ਰੇਲਵੇ ਸਟੇਸ਼ਨ ਦੇ ਉੱਤਰ ਕੇ ਉਹ ਬੰਦਾ ਲਾਹੌਰ ਦੇ ਹਥਲੇ ਖਾਨੇ ਦਾ ਇੰਚਾਰਜ ਸੀ ਉਹਨੂੰ ਚਾਬੀਆਂ ਫੜਾਉਂਦਾ ਕਹਿੰਦਾ ਚੱਕ ਵੀ ਨੌਜਵਾਨਾ ਲਾਹੌਰ ਦਾ ਹਥਲਾ ਖਾਨਾ ਹੀ ਤੇਰਾ ਕੀ ਗੱਲਾਂ ਕਰਦਾ ਹੋ ਯਾਰ ਕਰਤਾਰ ਸਿੰਘ ਸਰੱਭਾ ਇਸੇ ਕਰਕੇ ਮੈਂ ਕਹਿੰਦਾ ਵੀ ਮੇਨ ਕਾਰਨ ਕੀ ਆ ਵੀ ਸਰਾਬੇ ਨੂੰ ਇਸੇ ਕਰਕੇ ਵੜਾਇਆ ਨਹੀਂ ਗਿਆ ਇਸੇ ਕਰਕੇ ਅੱਗੇ ਨਹੀਂ ਲਿਆਂਦਾ ਜਾਂਦਾ ਕਿਉਂਕਿ ਜੇ ਸਰابہ ਅੱਗੇ ਆਉਂਦਾ ਤੱਕ ਸਿੱਖ ਫਲਸਫਾ ਸਿੱਖੀ ਸੈਂਟੀਮੈਂਟਸ ਆ ਜਿਹੜੇ ਆਜ਼ਾਦੀ ਦੇ ਮੂਵਮੈਂਟ ਦੇ ਸਭ ਤੋਂ ਮੂਰੇ ਸੀ ਅਸੀਂ ਅਕਸਰ ਕਹਿ ਦਿੰਦੇ ਹਾਂ ਸਾਡੀਆਂ 86% ਜੀ ਕੁਰਬਾਨੀਆਂ ਨੇ 90% ਕੁਰਬਾਨੀਆਂ ਨੇ ਉਹ ਕੁਰਬਾਨੀਆਂ ਦਾ ਜਿਹੜਾ ਕੀ ਹੈ ਜੇ ਅਸਲ ਸਟੋਰੀ ਜਿਹੜੀ ਹੈ ਉਹ ਕਰਤਾਰ ਸਿੰਘ ਸਰਾਭਾ ਜਸਟੀਫਾਈ ਕਰੂਗਾ ਉਹ ਸਿੱਖ ਫਲਸਫੇ ਨੂੰ ਜਸਟੀਫਾਈ ਕਰੂਗਾ ਇਸੇ ਕਰਕੇ ਕਿ ਇਹ ਟੋਪੀ ਵਾਲੇ ਭਗਤ ਸਿੰਘ ਦੇ ਪੱਗਾਂ ਚ ਲਜਾ ਲਿਆ ਪਰ ਕਰਤਾਰ ਸਿੰਘ ਸਰਾਭੇ ਚ ਅਲਝਾਉਣਾ ਔਖਾ ਹਾਂ ਇਹੀ ਮੇਨ ਕਾਰਨ ਆ ਬਾਈ ਕਰਤਾਰ ਸਿੰਘ ਸਰਾਭੇ ਦਾ ਜਿਹੜਾ ਅਸਲ ਮਾਕੇ ਅਕਸ਼ਾ ਉਹ ਅਸੀਂ ਇਹੀ ਗੱਲ ਕਰਦੇ ਆਂ ਵੀ ਕਰਤਾਰ ਸਿੰਘ ਸਰਾਭੇ ਦੇ ਅਸਲ ਨੂੰ ਜੇ ਲੋਕਾਂ ਦੇ ਵਿੱਚ ਸਹੀ ਢੰਗ ਨਾਲੇ ਫਿਲਮ ਦਿਖਾਉਣ 'ਚ ਕਾਮਯਾਬ ਹੋਊਗੀ ਪੂਰਾ ਛੱਡੋ 10% ਵੀ ਦਿਖਾ ਗਈ ਨਾ ਤਾਂ ਨੌਜਵਾਨਾਂ ਨੂੰ ਇੱਕ ਇਹੋ ਜਿਹੀ ਸਿਹਤ ਮਿਲਣੀ ਹੈ ਇਸ ਫਿਲਮ ਤੋਂ ਉਹਨਾਂ 'ਚ ਇਹੋ ਜਿਹਾ ਜਜ਼ਬਾ ਭਰਿਆ ਜਾਣਾ ਮੈਂ ਕਹਿੰਦਾ ਵੀ ਆਜ਼ਾਦੀ ਦੀ ਜਿਹੜੀ ਹੋਂ ਲੜਾਈ ਲੜਨੀ ਪੈਣੀ ਆ ਉਹ ਲੜਨ ਵਾਸਤੇ ਨੌਜਵਾਨ ਖੜੇ ਹੋ ਸਕਦੇ ਆ ਉਮਰ ਮੈਟਰ ਨਹੀਂ ਕਰਦੀ ਅੱਜ ਬਜ਼ੁਰਗ ਕਹਿ ਦਿੰਦੇ ਆ ਵੀ ਅਸੀਂ ਸਿਆਣੇ ਆ ਪਰ ਮੈਂ ਕਹਿੰਦਾ ਵੀ ਅਸਲ ਜਿਹੜੀ ਚਿੰਗ ਹੁੰਦੀ ਆ ਨਾ ਉਹ ਨੌਜਵਾਨੀ 'ਚ ਹੁੰਦੀ ਆ ਤੇ ਨੌਜਵਾਨ ਨੇ ਕਿਵੇਂ ਬਜ਼ੁਰਗਾਂ ਨੂੰ ਤਿਆਰ ਕੀਤਾ ਬਾ ਮੈਂ ਕਿਹਾ ਵੀ ਇੱਕ ਫਿਲਮ 'ਚ ਜੇ ਉਹ ਸੀਨ ਦਿਖਾ ਦਿੱਤਾ ਤਾਂ ਲੋਕਾਂ ਨੂੰ ਸਮਝ ਆ ਜਾਣੀਆਂ ਜਿਹੜੀ ਸਿੱਖ ਹੋਣ ਦੀ ਸਵਾਲ ਅੱਜ ਬਣਿਆ ਕਿਹੜਾ ਉਹ ਸਿੱਖ ਹੋਣ ਦਾ ਸਵਾਲ ਆ ਜਿਹੜਾ ਉਦੋਂ ਵੀ ਮਾਕੇ ਕਰਤਾਰ ਸਿੰਘ ਸਰਾਬੇ ਨੇ ਵਹਾ ਰਿਆ ਸੀ ਜਦੋਂ ਅਸੀਂ ਕਹਿੰਦੇ ਆ ਵੀ 21 ਤਰੀਕ ਬੰਨੀ ਜਾਂਦੀ ਆ 2 ਫਰਵਰੀ ਤੋਂ ਲੈ ਕੇ 9-10 ਫਰਵਰੀ ਤੱਕ ਜਦੋਂ ਪੂਰੇ ਭਾਰਦਿਆਂ ਸ਼ਾਉਣਗਾਂ 'ਚ ਕੱਲਾ ਨੌਜਵਾਨ ਟਾਈਮ ਦੇ ਆਉਂਦਾ ਤਾਂ ਆ ਕੇ ਫਿਰ 12 ਤਰੀਕ ਨੂੰ ਲਾਹੌਰ ਦੇ ਵਿੱਚ ਇੱਕ ਮੀਟਿੰਗ ਹੁੰਦੀ ਆ ਉਥੇ ਮੋਚੀ ਚੌਕ ਵਜਦਾ ਉਥੇ ਇੱਕ ਚਵਾਰੇ 'ਚ ਮੀਟਿੰਗ ਹੁੰਦੀ ਆ ਉਥੇ ਚਾਰ ਬੰਦੇ ਸ਼ਾਮਲ ਹੁੰਦੇ ਆ ਚਾਰਾਂ ਬੰਦਾ 'ਚੋਂ ਜਮਨਾ ਦਾਸ ਸੀ ਰਾਸ ਬਿਹਾਰੀ ਬੋਸ ਸੀ ਹੂੰ ਆਪਣਾ ਕਰਤਾਰ ਸਿੰਘ ਸਰਾਬਜ ਦੇ ਹਰਨਾਮ ਸਿੰਘ ਟੁੱਡੀ ਲਾਟ ਸੀਗੇ ਇਹ ਚਾਰੇ ਬੰਦੇ ਫਿਰ ਕੀ ਡਿਕਲੇਅਰ ਕਰਦਾ ਵੀ 21 ਤਰੀਕ ਨੂੰ ਜਦੋਂ ਆਪਾਂ ਗਦਰ ਕਰਨਾ ਤਾਂ ਆਪਾਂ ਨੂੰ ਕੋਈ ਝੰਡੇ ਦੀ ਲੋੜ ਪੈਣੀ ਆ ਝੰਡੇ 'ਚ ਦੋ ਰੰਗ ਕੀ ਆ ਉਹਨਾਂ ਨੇ ਡਿਸਾਈਡ ਕਰ ਲਏ ਸੀ ਇੱਕ ਹਿੰਦੂਆਂ ਦਾ ਤੇ ਇੱਕ ਮੁਸਲਮਾਨਾਂ ਦਾ ਪਰ ਉੱਥੇ ਫਿਰ ਅੜਿਆ ਕੌਣ ਉੱਥੇ ਸਰਾਬਾ ਅੜਿਆ ਸੀ ਤੇ ਸਰਾਬੇ ਨੇ ਕਿਹਾ ਸੀ ਕਿ ਸਾਡਾ ਸਿੱਖਾਂ ਦਾ ਰੰਗ ਪਾਉਣਾ ਬਣਦਾ ਉਹਨੇ ਕਿਹਾ ਜ਼ੋਰ ਨਾਲ ਫਿਰ ਉਹਦੇ 'ਚ ਰੰਗ ਪਵਾਇਆ ਸੀ ਸਿੱਖਾਂ ਦਾ ਰੰਗ ਫਿਰ ਉਦੋਂ ਤਿਰੰਗਾ ਬਣਿਆ ਸੀ ਜਿਹੜਾ ਉਹਨੇ ਫਾਈਨਲ ਕੀਤਾ ਸੀ ਜਿਹੜਾ 21 ਤਰੀਕ ਨੂੰ ਕਹਿੰਦੇ ਕਿ ਇਹ ਗਦਰ ਦੇ ਟਾਈਮ ਦੇ ਤੇ ਚੜਾਇਆ ਜਾਣਾ ਸੀ ਮਤਲਬ ਕਿ ਆ ਵੀ ਉਸ ਟਾਈਮ ਵੀ ਸਾਡੇ ਅੰਦਰ ਉਹ ਚਿੰਗ ਜਾਣ ਉਹ ਮੱਕ ਜਿਹੜੀ ਸਿੱਖ ਆਪਾਂ ਸੈਂਟੀਮੈਂਟਸ ਜਿਹੜੀ ਉਹਦੀ ਹੋਂਦ ਸੀ ਉਹ ਉਸ ਟਾਈਮ ਵੀ ਸੀਗੀ ਉਸੇ ਹੋਂਦ ਨੂੰ ਦਿਖਾਉਣਗੇ ਕਿਵੇਂ ਹੋ ਸਕਦਾ ਜਿਹੜਾ ਸੈਂਸਰ ਲਾਇਆ ਉਸੇ ਦੀ ਲਾਇਆ ਹੋਵੇ ਹੋ ਸਕਦਾ ਡਾਇਰੈਕਟਰ ਨੂੰ ਕੀ ਆ ਉਹ ਚੀਜ਼ ਦਿਖਾਉਣ ਤੋਂ ਡਾਇਰੈਕਟਰ ਗਰੇਜ ਕਰ ਗਿਆ ਪਰ ਜੇ ਉਹ ਸੈਂਟੀਮੈਂਟਸ ਦਿਖਾ ਦਿੰਦਾ ਡਾਇਰੈਕਟਰ ਬੜੀ ਵੱਡੀ ਪ੍ਰਾਪਤੀ ਹੋਣੀ ਆ ਤਾਂ ਕਿ ਦੁਨੀਆ ਦੇ ਵਿੱਚ ਪਤਾ ਲੱਗ ਸਕੇ ਕਿ ਉਹਨਾਂ ਟਾਈਮਾਂ ਦੇ ਵਿੱਚ ਵੀ ਜਿਹੜਾ ਸਿੱਖ ਸੀ ਉਹ ਆਪਣੀ ਅਲੱਗ ਹੋਂਦ ਰੱਖਦੇ ਸੀ ਉਹਨਾਂ ਨੇ ਜਿਹੜੀ ਆਜ਼ਾਦੀ ਦੀ ਲੜਾਈ ਲੜੀ ਆ ਉਹ ਵੀ ਆਪਣੀ ਕੀ ਆ ਇੱਕ ਸੈਪਰੇਟ ਆਪਣੀ ਆਇਡੈਂਟੀਟੀ ਰੱਖ ਕੇ ਲੜੀ ਆ ਇਹ ਬੜੀ ਵੱਡੀ ਗੱਲ ਆ ਇਸੇ ਕਰਕੇ ਮੈਂ ਕਹਣਾ ਵੀ ਗਦਰੀ ਬਾਬਿਆਂ ਦੇ ਕਾਮਰੇਡਾਂ ਦਾ ਜਿਹੜਾ ਮਾਕੇ ਸਟੈਂਪ ਲਾਈ ਗਈ ਆ ਨਾ ਗਦਰੀ ਬਾਬਿਆਂ ਦਾ ਜੇ ਤੁਸੀਂ ਇਤਿਹਾਸ ਚੱਕੋਗੇ ਗਦਰ ਪਾਰਟੀ ਬਣਾਉਣ ਤੋਂ ਪਹਿਲਾਂ ਬਾਈ ਜੀ ਉਹ ਅਮਰੀਕਾ ਦੇ ਵਿੱਚੋਂ 90% ਪੰਜਾਬੀ ਉੱਥੇ ਜਾ ਕੇ ਸ਼ਰਾਬੀਜ਼ ਬਣ ਗਏ ਸੀ ਪਿਆਕੜ ਸੀ ਉਹ ਸਾਡੇ ਖੂਨ 'ਚ ਵੀ ਹੈਗਾ ਪਰ ਉਹਨਾਂ ਲੋਕਾਂ ਨੂੰ ਫਿਰ ਮਾਕੇ ਸਿੱਖ ਫਲਸਫੇ ਬਾਰੇ ਦੱਸ ਕੇ ਮੋੜ ਨਾਲ ਆ ਕੌਣ ਜੀ ਸੋਹਣ ਸਿੰਘ ਭਕਣਾ ਵਰਗੇ ਕਰਤਾਰ ਸਿੰਘ ਸਰਾਬੇ ਵਰਗੇ ਇਹਨਾਂ ਨੇ ਲੋਕਾਂ ਨੂੰ ਸਭ ਤੋਂ ਪਹਿਲਾਂ ਤਾਂ ਮੋੜ ਕੇ ਸਿੱਖੀ ਵੱਲ ਮੋੜਿਆ ਬਹੁਤ ਬੰਦੇ ਮੋੜਿਆ ਏ ਹੁਣ ਅਕਸਰ ਅਸੀਂ ਕਹਿੰਦੇ ਨੇ ਵੀ ਅਮਰਤਾ ਅੱਜ ਵੀ ਸ਼ਿਕਾਇਆ ਜਾਂਦਾ ਅੱਜ ਲੋਕ ਕਿਉਂ ਨਹੀਂ ਮਾਕੇ ਇੰਨੇ ਮੋੜ ਰਹੇ ਰੌਲਾ ਕੀ ਆ ਮੋੜਨ ਵਾਲੇ ਦਾ ਕਿਰਦਾਰ ਚਾਹੀਦਾ ਸ਼ਰਾਬੀ ਅਰਗਿਆਂ ਦੇ ਕਿਰਦਾਰ ਸੀ ਜਿਨ੍ਹਾਂ ਨੇ ਕੀ ਅਮਰੀਕਾ ਦੀ ਧਰਤੀ ਤੇ ਉੱਥੇ ਸ਼ਰਾਬ ਦੇ ਵਿੱਚ ਜਿਹੜੇ ਰੁੱਝ ਚੁੱਕੇ ਸਾਡੇ ਪੰਜਾਬੀ ਸੀ ਉਹਨਾਂ ਨੂੰ ਵਾਪਸ ਮੋੜ ਕੇ ਗਦਰ ਮੂਵਮੈਂਟ ਵਾਸਤੇ ਤਿਆਰ ਕੀਤਾ ਅੱਜ ਵੀ ਕਿਰਦਾਰਾਂ ਵਾਲੇ ਲੋਕ ਜੇ ਮੂਰੇ ਲੱਗ ਉੱਠ ਕੇ ਤੁਰਨਗੇ ਸਿੱਖ ਫਲਸਫੇ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣਗੇ ਤੇ ਅਸਲ 'ਚ ਗੁਰੂਆਂ ਤੋਂ ਸੇਧ ਲੈ ਇਸੇ ਕਰਕੇ ਮੈਂ ਕਹਿਣਾ ਕਿ ਉਹਨੂੰ ਦਬਾਇਆ ਇਸੇ ਕਰਕੇ ਗਿਆ ਤੋਮ ਤਾਂ ਵੀ ਇਸੇ ਕਰਕੇ ਲਾਇਆ ਕਿਉਂਕਿ ਜੇ ਸਰਾਬੇ ਦਾ ਮੈਂ ਕਹਣਾ ਅਕਸ ਜੇ ਲੋਕਾਂ ਦੇ ਵਿੱਚ ਆ ਗਿਆ ਨਾ ਉਸ ਤੋਂ ਵੱਡਾ ਨਾ ਤਾਂ ਕੋਈ ਯੋਧਾ ਹੋਇਆ ਸਾਡੇ ਮਾਕੇ ਮੂਵਮੈਂਟ ਅਜ਼ਾਦੀ ਦੀ ਮੂਵਮੈਂਟ ਚ ਪੂਰੀ ਦੁਨੀਆ ਦੇ ਵਿੱਚ ਇੰਨੀ ਘੱਟ ਉਮਰ ਦਾ ਕੋਈ ਇੱਕ ਸੱਜਣ ਸਿੰਘ ਨਰੰਗਵਾਲ ਹੋਇਆ ਉਹ ਸਰਾਬੇ ਤੋਂ ਛੋਟੀ ਉਮਰ ਦਾ ਮਾਕੇ ਇੱਕ ਯੋਧਾ ਹੋਇਆ ਪਰ ਉਹਨੂੰ ਵੀ ਸਜ਼ਾ ਦੇਣ ਵੇਲੇ ਜੱਜ ਨੇ ਜਿਹੜੀ ਗੱਲ ਕਹੀ ਸੀ ਨਾ ਜੱਜ ਨੇ ਇੱਕੋ ਗੱਲ ਕਹੀ ਸੀ ਕਹਿੰਦਾ ਵੀ ਜੇ ਇਹਨੂੰ ਅੱਜ ਛੱਡ ਦਿੰਦੇ ਨੇ ਉਹਨੂੰ ਉਮਰ ਕੈਦੀ ਸਜ਼ਾ ਹੋਈ ਸੀ 11 ਸਾਲ ਦੀ ਉਮਰ ਦੇ ਨੌਜਵਾਨ ਨੂੰ ਤੇ ਉਹਨੂੰ ਇਹ ਗੱਲ ਕਹੀ ਗਈ ਸੀ ਸਜ਼ਾ ਕਰਨ ਤੋਂ ਪਹਿਲਾਂ ਵੀ ਜੇ ਇਹਨੂੰ ਅੱਜ ਅਸੀਂ ਸਜ਼ਾ ਨਹੀਂ ਦਿੰਦੇ ਤਾਂ ਆਉਣ ਵਾਲੇ ਟਾਈਮ ਦਾ ਨੇ ਸਰਾਪਾ ਬਾਨਾ ਇਹ ਜੱਜ ਦੀ ਮਾਕੇ ਵਾਰਡਿੰਗ ਸੀ ਸੋਚਣ ਵਾਲੀ ਗੱਲ ਆ ਵੀ ਯਾਰ ਸਰਾਪੇ ਦੇ ਵਿੱਚ ਮਾਕੇ ਕੀ ਕਣੀ ਹੋਊਗੀ ਹੁਣ ਉਹ ਬੰਦਾ ਮਾਕੇ ਇੰਨਾ ਤੇਜ਼ੀ ਨਾਲ ਮੰਨ ਕੇ ਚੱਲੋ ਵੀ ਅਮਰੀਕਾ ਦੇ ਵਿੱਚ ਗਦਰੀ ਬਾਬੇ ਕੀ ਅੱਜ ਕਰਦੇ ਸੀ ਕਹਿੰਦੇ ਸਾਡੇ ਕੋਲ ਹਥਿਆਰ ਹੈ ਨਹੀਂ ਅਸਲਾ ਹੈ ਨਹੀਂ ਯਾਰ 17 ਸਾਲ ਦਾ 16.5 ਸਾਲ ਦੀ ਉਮਰ ਸੀ ਉਦੋਂ ਉਹਦੀ ਜਦੋਂ ਜਹਾਜ਼ ਡਾਉਣਾ ਸਿੱਖਦਾ ਤੇ 16.5 17 ਸਾਲ ਦੀ ਉਮਰ ਦੇ ਵਿੱਚ ਜਦੋਂ ਗਦਰੀ ਬਾਬੇ ਕਹਿੰਦੇ ਸਾਡੇ ਕੋਲੇ ਹਥਿਆਰ ਹੈ ਨਹੀਂ ਤਾਂ ਉਹ ਨੌਜਵਾਨ 2 ਦਿਨਾਂ ਦੇ ਵਿੱਚ 200 ਪਿਸਤੌਲ ਤੇ 2000 ਰੌਂਦ ਇਕੱਠੇ ਕਰਕੇ ਇੱਕ ਬਕਸੇ 'ਚ ਪਾ ਕੇ ਉਹਨੂੰ ਲੋਕ ਲਾ ਕੇ ਸਮੁੰਦਰੀ ਬੇੜੇ 'ਚ ਰੱਖ ਕੇ ਉਹਦੀ ਚਾਬੀ ਫੜਾਉਂਦਾ ਗਦਰੀ ਬਾਬਿਆਂ ਨੂੰ ਕੀ ਕਰਦਾ ਹੋ ਯਾਰ ਕਰਤਾਰ ਸਿੰਘ ਸਰ ਆਪਾ ਕਹੇ ਜਾਂ ਬੰਦਾ ਹੋ ਨੌਜਵਾਨ 17 ਸਾਲ ਦੇ ਨੇ ਹਥਿਆਰ ਇਕੱਠਾ ਕੀਤਾ ਉਸ ਤੋਂ ਬਾਅਦ ਉੱਥੋਂ ਉਹਨਾਂ ਨੂੰ ਤੋਰਦਾ ਇੱਕ ਮਹੀਨੇ ਦੇ ਵਿੱਚ ਅਮਰੀਕਾ ਦੇ ਉੱਤੋਂ ਜਾਪਾਨ ਦੀ ਕੋਬੇਨਾ ਦੀ بندرگاہ ਦੇ ਉੱਤੇ ਵੇੜਾ ਪਹੁੰਚਦਾ ਹੂੰ ਤੇ ਲਗਭਗ ਇਹਨੇ ਸਰਾਭਾ ਉਦੋਂ ਬਾਅਦ ਅਮਰੀਕਾ 'ਚ ਦਿਖਾਈ ਦਿੱਤਾ ਲੋਕਾਂ ਨੂੰ ਪਰ ਕੋਬੇ ਦੀ بندرگاہ 'ਤੇ ਜਦੋਂ ਵੇੜਾ ਪਹੁੰਚਦਾ ਤਾਂ ਉੱਥੇ ਉੱਡਣਾ ਸੱਪ ਸਾਡਾ ਮੂਰੇ ਖੜਾ ਸੀ ਹਾਂ ਉਤਰ ਕੇ ਮੂਰੇ ਆਇਆ ਉਸ ਤੋਂ ਬਾਅਦ ਬਾਕੀ ਗਦਰੀ ਬਾਬੇ ਫੜੇ ਜਾਂਦੇ ਆ ਪਰ ਉਹ ਕਲੰਬੋ ਦੇ ਰਸਤੇ ਹੁੰਦਾ ਹੋਇਆ ਮਦਰਾਸ ਬੀਚ ਦੀ ਹੋ ਕੇ ਇੱਥੇ ਪਹੁੰਚ ਜਾਂਦਾ ਜਦੋਂ ਕਲਕੱਤੇ ਤੋਂ ਮਾਈਕ ਨੂੰ ਫੜ ਕੇ ਆਪਣਾ ਸੋਹਣ ਸਿੰਘ ਭਗਨਾ ਨੂੰ ਲਜਾਇਆ ਜਾਂਦਾ ਰਿਕਸ਼ੇ 'ਚ ਪਟਾ ਕੇ ਪੁਲਿਸ ਲਿਜਾ ਰਹੀ ਹੁੰਦੀ ਆ ਤਾਂ ਬਰਾਬਰ ਲਿਆ ਕੇ ਸਾਈਕਲ ਤੇ ਟੱਲੀ ਮਾਰ ਦਿੰਦਾ ਕਰਤਾਰ ਸਿੰਘ ਸਰਾਬਾ ਤਾਂ ਮੈਂ ਕਹਣਾ ਵੀ ਕਰਤਾਰ ਸਿੰਘ ਸਰਾਬੇ ਦੀ ਜਿਹੜੀ ਇਤਿਹਾਸ ਦੇ ਵਿੱਚ ਜੇ ਉਹਦਾ کردار ਦੇਖਾਂਗੇ ਤੇ 6 ਮਹੀਨਿਆਂ 'ਚ ਜਿਹੜਾ ਕੁਝ ਕਰਤਾਰ ਸਿੰਘ ਸਰਾਬਾ ਕਰ ਗਿਆ ਤੇ ਮੈਂ 6 ਮਹੀਨੇ ਛਡੋ ਤੇ 7 ਦਿਨਾਂ ਦਾ 2 ਤਰੀਕ ਤੋਂ ਲੈ ਕੇ ਫਰਵਰੀ ਤੋਂ 9 ਤਰੀਕ ਦਾ ਸਫ਼ਰ ਜੇ ਮਾ ਕੇ ਸਹੀ ਰੂਪ ਦੇ ਵਿੱਚ ਫਿਲਮ 'ਚ ਦਿਖਾ ਦਿੱਤਾ ਜਾਵੇ ਨੌਜਨ ਨੂੰ ਪਤਾ ਲੱਗ ਜੂ ਕਿ ਇਕੱਲੇ ਬੰਦੇ ਦੀ ਤਾਕਤ ਕੀ ਹੁੰਦੀ ਹੈ ਇਸੇ ਕਰਕੇ ਮੈਂ ਇਹੀ ਕਹਿਣਾ ਇਸ ਮੂਵੀ ਤੋਂ ਬੜੀ ਆਸ ਆ ਮੈਂ ਤਾਂ ਹੀ ਕਹਿਣਾ ਸਟਾਰਟਿੰਗ ਵਿੱਚ ਮੈਂ ਤਾਂ ਹੀ ਕਿਹਾ ਸੀ ਜੀ ਸਰਸੇ ਵਾਲੇ ਬਾਬੇ ਦੀ ਫਿਲਮ ਨਹੀਂ ਸਾਡੀ ਗਦਰੀ ਬਾਬੇ ਦੀ ਫਿਲਮ ਆ ਇਸੇ ਕਰਕੇ ਚੈੱਕ ਲੱਗ ਰਿਹਾ ਕਿਉਂਕਿ ਉੱਥੋਂ ਵੋਟਾਂ ਮਿਲਦੀਆਂ ਇੱਥੇ ਵੋਟਾਂ ਟੁੱਟਦੀਆਂ ਨੇ ਵੋਟਾਂ ਟੁੱਟਦੀਆਂ ਕਿਉਂ ਨੇ ਕਿਉਂਕਿ ਸਾਨੂੰ ਕੀ ਆ ਜਿਹੜੇ ਸਾਡੇ ਸਿੱਖ ਸੈਂਟੀਮੈਂਟਸ ਨੇ ਜਿਹੜਾ ਸਾਡੀ ਸੋਚ ਦੇ ਵਿੱਚ ਅੱਜ ਵੀ ਸਿੱਖ ਰਾਜ ਦਾ ਫਲਸਫਾ ਬਸਿਆ ਹੋਇਆ ਬਿਲਕੁਲ ਉਹਦੀ ਤਸਵੀਰ ਪੇਸ਼ ਕਰਨੀ ਐ ਇਸ ਫਿਲਮ ਨੇ ਜੇ ਸਹੀ ਰੂਪ ਚ ਦਿਖਾ ਦਿੱਤੀ ਗਈ ਦੇਖੀ ਅਜੇ ਹੈ ਨਹੀਂ ਪਰ ਮੈਨੂੰ ਪਤਾ ਵੀ ਡਾਇਰੈਕਟਰ ਤੇ ਬਹੁਤ ਤਰ੍ਹਾਂ ਦੇ ਜਿਹੜੇ ਹੁਣ ਕੱਟ ਲਾਉਣ ਦੀ ਗੱਲ ਕਰਕੇ ਗਈ ਆ ਵਾਪਸ ਮੰਗਾਈ ਗਈ ਆ ਫਿਲਮ ਸੈਂਸਰ ਨੇ ਪਾਸ ਨਹੀਂ ਕੀਤੀ ਉਹ ਚੋ ਸੈਂਟੀਮੈਂਟਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਆ ਪਰ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਸਾਰਿਆਂ ਨੂੰ ਕਰਤਾਰ ਸਿੰਘ ਸਰਾਭੇ ਬਾਰੇ ਯਾਰ ਜਾਣਨ ਦੀ ਕੋਸ਼ਿਸ਼ ਕਰੋਗੇ ਨਾ ਜਦੋਂ ਤੁਸੀਂ ਕਰਤਾਰ ਸਿੰਘ ਸਰਾਭੇ ਦੇ ਅਕਸ਼ ਦੇ ਵਿੱਚੋਂ ਤੁਹਾਨੂੰ ਮੈਂ ਕਹਣਾ ਵੀ ਦੁਨੀਆ 'ਚ ਤੁਹਾਨੂੰ ਉਹ ਜਿਆ ਕੋਈ ਕ੍ਰਾਂਤੀਕਾਰੀ ਨਹੀਂ ਮਿਲਣਾ ਮੈਂ ਇਹੀ ਕਰਕੇ ਕਹਿਣਾ ਵੀ ਫਿਲਮ ਵੀ ਸਾਰੇ ਦੇਖਾਂਗੇ ਤੇ ਵੱਧ ਤੋਂ ਵੱਧ ਇਸ ਪੋਸਟਰਾਂ ਹੀ ਚਾਹੇ ਜਾਂ ਆਪਣੀਆਂ ਪੋਸਟਰਾਂ ਪਾ ਕੇ ਇਸ ਮੂਵੀ ਨੂੰ ਪ੍ਰਮੋਟ ਜ਼ਰੂਰ ਕਰਿਓ ਤਾਂ ਕਿ ਸਰਾਬਾ ਜਿਹੜਾ ਸਾਡਾ ਅਸਲ ਹੀਰੋ ਹੋਇਆ ਸਾਡੇ ਸਿੱਖ ਕੌਮ ਦਾ ਅਸਲ ਹੀਰੋ ਹੋਇਆ ਮੈਂ ਕਹਿੰਦਾ ਉਸ ਬੰਦੇ ਨੂੰ ਦੁਨੀਆ ਦੇ ਵਿੱਚ ਸਹੀ ਰੂਪ ਦੇ ਵਿੱਚ ਸਾਡੀ ਹੋਂਦ ਨੂੰ ਸਾਡੀ ਲੜਾਈ ਨੂੰ ਉਹਨਾਂ ਟਾਈਮਾਂ 'ਚ ਵੀ ਸਾਡੀ ਆਪਣੀ ਸੈਪਰੇਟ ਜਿਹੜੀ ਹੋਂਦ ਸੀਗੀ ਉਹਨੂੰ ਜੇ ਦਿਖਾ ਦਿੱਤਾ ਗਿਆ ਤਾਂ ਮੈਂ ਕਹਣਾ ਆਨਲਾਈਨ ਟਾਈਮ ਤੋਂ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਨੈਰੇਟਿਵ ਬਦਲ ਜਾਣਾ ਲੜਾਈਆਂ ਦਾ ਇੱਕ ਹੋਰ ਹੈ ਜਿਵੇਂ ਅਸੀਂ ਪਿੱਛੇ ਰੱਖਣ ਦੀ ਗੱਲ ਕੀਤੀ ਆ ਸਰਾਬੇ ਪਿੰਡ ਦੀ ਜੇ ਮੈਂ ਗੱਲ ਕਰਾਂ ਸਰਾਬੇ ਤੋਂ ਨਾ ਲੁਧਿਆਣੇ ਨੂੰ ਬਾਈ ਇੱਕ ਰੋਡ ਆਉਂਦੀ ਆ ਮੇਰੇ ਦੋਸਤ ਨੇ ਮੀ ਤੋਜ ਬਾਈ ਹੋਰੀ ਸਰਾਬੇ ਸਰਾਬੇ ਤੋਂ ਨੇ ਮਤਲਬ ਉਹ ਰੋਡ ਇੰਨੀ ਕੁ ਭਿਆਨਕ ਆ ਕਿ ਉੱਥੇ ਹਾਦਸਾ ਹੋਣਾ ਲਾਜ਼ਮੀ ਆ ਹੁਣ ਤਾਂ ਸ਼ਾਇਦ ਬਣ ਗਈ ਹੋਵੇ ਮਤਲਬ ਇੱਕ ਕ੍ਰਾਂਤੀਕਾਰੀ ਛੋਟੀ ਉਮਰ ਦਾ ਨੌਜਵਾਨ ਜੀ ਜਿਹੜਾ ਬੜਾ ਕੁਝ ਕਰ ਗਿਆ ਵਤਨ ਦੇ ਲਈ ਉਹਨਾਂ ਦੇ ਪਿੰਡਾਂ ਨੂੰ ਸਾਡੇ ਲੀਡਰਾਂ ਤੋਂ ਰੋੜਾਂ ਤੱਕ ਨਹੀਂ ਬਣਾੰਗੀਆਂ ਹੋਰ ਕੀ ਕਰਨਗੇ ਬਈ ਸੋਚ ਇਹ ਮੈਂ ਕਹਣਾ ਵੀ ਦੇਖੋ ਜੇ ਸੜਕਾਂ ਬਣਨਗੀਆਂ ਤੇ ਲੋਕ ਉਥੇ ਪਹੁੰਚਣਗੇ ਸਰਾਬੇ ਦੇ ਨਾਂ ਤੇ ਤੁਸੀਂ ਗਏ ਸਰਾਬੇ ਜਾਓਗੇ ਤੇ ਪਾਰਕ ਵੀ ਬਣਿਆ ਬੜਾ ਸ਼ਾਨਦਾਰ ਸਟੇਡੀਅਮ ਵੀ ਬਣੇ ਹੋਏ ਆ ਮੈਂ ਕਹਣਾ ਵੀ ਅਸਲ ਜਿਹੜੀਆਂ ਯਾਦਗਾਰਾਂ ਨੇ ਉਹ ਤਾਂ ਖਤਮ ਕਰਨ ਜਾ ਰਹੇ ਆ ਆਹੀ ਜਿਹੜੇ ਸਿੱਖਾਂ ਦੇ ਨਾਂ ਦੇ ਉੱਤੇ ਸਭ ਤੋਂ ਵੱਧ ਸਿਆਸਤ ਕਰਨ ਵਾਲੇ ਲੋਕਾਂ ਨੇ ਸਿੱਖਾਂ ਦੀਆਂ ਨਿਸ਼ਾਨੀਆਂ ਹੂੰ ਸਰਾਂਦੇ ਚ ਬੁਰਜ ਟਾਇਆ ਕਿ ਨਾ ਟਾਇਆ ਮੈਂ ਕਹਿੰਦਾ ਵੀ ਉਹਨਾਂ ਚੀਜ਼ਾਂ ਦੇ ਉੱਤੇ ਜਾ ਕੇ ਜਦੋਂ ਲੋਕਾਂ ਦੇ ਅੱਜ ਵੀ ਅਮਰੀਕਾ ਦੇ ਵਿੱਚ ਜਿੱਥੇ ਜਾਓਗੇ ਨਾ ਜਿੱਥੋਂ ਦੀ ਸਰਾਬਾ ਜਾ ਕੇ ਉਤਰਦਾ ਉਹ ਡਾਇਰੈਕਟਰ ਦੇ ਇੱਕ ਮਾਗੇ ਪਾਈ ਹੋਈ ਆ YouTube ਤੇ ਇੱਕ ਮਾਗੇ ਸੇ ਪਾਇਆ ਹੋਇਆ ਜਿੱਥੋਂ ਦੀ ਸਰਾਬਾ ਟੱਪਿਆ ਸੀ ਉਹ ਰਾਹਾਂ ਵਿੱਚ ਦੀ ਉਹ ਲੰਘ ਕੇ ਗਿਆ ਡਾਇਰੈਕਟਰ ਜਿਨੇ ਮੂਵੀ ਬਣਾਈ ਆ ਉਹ ਹਸਪਤਾਲ ਦੀ ਬਿਲਡਿੰਗ ਜਿਹੜੀ ਕੀ ਆ 1900 ਕਹਿੰਦਾ 8 ਦੀ ਬਣੀ ਹੋਈ ਆ 12 ਚ ਸਰਾਬਾ ਉੱਥੇ ਜਾਂਦਾ ਉਹ ਪੁਰਾਣੀ ਬਿਲਡਿੰਗ ਅੱਜ ਵੀ ਉੱਥੇ ਖੜੀ ਆ ਉਹਨਾਂ ਨੇ ਇਤਿਹਾਸ ਸੰਭ ਕੇ ਰੱਖਿਆ ਹੋਇਆ ਅਸੀਂ ਸਰਾਬੇ ਦਾ ਜੇ ਇਤਿਹਾਸ ਸੰਭ ਲੈਦੇ ਸਰਾਬਾ ਬਾਈ ਜੀ ਸਾਰੀ ਸਾਰੀ ਰਾਤ ਹੱਥ ਦੇ ਨਾਲ ਕਲਮ ਦੇ ਨਾਲ ਲਿਖਦਾ ਸੀ ਸਾਰੀ ਸਾਰੀ ਰਾਤ ਮਸ਼ੀਨਾ ਗੇੜ-ਗੇੜ ਕੇ ਛਪਾਈ ਕਰਦਾ ਸੀ ਕਿੰਨਾ ਕੁਛ ਉਹਦਾ ਲਿਟਰੇਚਰ ਹੋਊ ਪਰ ਸਾਂਭਿਆ ਕੀ ਆ ਕੁਛ ਕੁ ਚਿੱਠੀਆਂ ਨੇ ਜਿਹੜੀਆਂ ਉਹਦੇ ਮਿਲਦੀਆਂ ਨੇ ਉਹਦੀ ਚਿੱਠੀ ਮਿਲੀ ਪਿੱਛੇ ਜੇ ਮਾਕੇ ਜਿਹੜੀ ਉਹ ਗੱਲ ਹੁੰਦੀ ਆ ਨਾ ਉਹਦੇ ਚਾਚੇ ਨੂੰ ਆਪਦੇ ਨੂੰ ਚਿੱਠੀਆਂ ਲੱਗੀਆਂ ਜਿਹੜਾ ਅੰਗਰੇਜ਼ਾਂ ਦਾ ਨੌਕਰ ਲੱਗਿਆ ਹੋਇਆ ਸੀ ਆਦੇ ਚਾਚੇ ਨੂੰ ਚਿੱਠੀਆਂ ਜਿਹੜੀਆਂ ਲਿਖੀਆਂ ਉਹਦੇ ਵਿੱਚ ਵੀ ਉਹਨੇ ਕੀ ਆਦੇ ਚਾਚੇ ਨੂੰ ਕਿਹਾ ਸੀ ਕਹਿੰਦਾ ਮਜਲੂਮਾਂ ਦੀ ਰਾਖੀ ਖਾਤਰ ਲੜਾਈ ਲੜਨੀ ਆ ਉਹਦੇ ਕੋਟਕੀ ਨੂੰ ਕਰਦਾ ਉਹ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਗੋ ਕਿ ਆਪਣੇ ਗਰੀਬਾਂ ਦੀ ਨਮਾ ਕੇ ਗਰੀਬਾਂ ਖਾਤਰ ਜਿਹੜਾ ਮਾ ਕੇ ਲੜਨ ਖਾਤਰ ਗੁਰੂ ਗੋਬਿੰਦ ਸਿੰਘ ਦਾ ਫਲਸਫਾ ਉਸੇ ਨੂੰ ਕੋਟ ਕਰਦਾ ਹੋਇਆ ਆਪਣਾ ਕਰਤਾਰ ਸਿੰਘ ਸਰਾਵਾ ਦੇ ਚਾਚੇ ਨੂੰ ਲਾਣਤ ਪਾਉਂਦਾ ਕਿ ਤੂੰ ਆ ਕੇ ਸਾਡੇ ਨਾਲ ਆਜ਼ਾਦੀ ਦੀ ਲੜਾਈ ਲੜ ਮੈਂ ਕਿਸੇ ਦੇ ਪ੍ਰਭਾਵ ਥੱਲੇ ਨਹੀਂ ਆਇਆ ਵੇ ਹੂੰ ਉਹ ਸਾਰਾ ਕੁਝ ਮਾ ਕੇ ਕਹਿ ਕੇ ਜਿਹੜੀਆਂ ਗੱਲਾਂ ਦੇ ਚਾਚੇ ਨੂੰ ਕਹਿੰਦਾ ਗੁਰਬਾਣੀ ਨੂੰ ਕੋਟ ਕਰਕੇ ਗੱਲ ਕਰਦਾ ਉਹ ਚੀਜ਼ਾਂ ਨੂੰ ਕੀ ਆ ਮੰਨਫੀ ਕਰ ਦਿੱਤਾ ਗਿਆ ਕਿਉਂਕਿ ਕਰਤਾਰ ਸਿੰਘ ਸਰਾਬੇ ਦੇ ਰੋਮ ਰੋਮ ਦੇ ਵਿੱਚ ਸਿੱਖੀ ਵਸੀ ਹੋਈ ਸੀ ਬਿਲਕੁਲ ਇਸੇ ਕਰਕੇ ਅਸੀਂ ਕਹਿੰਦੇ ਆ ਵੀ ਜਿਹੜਾ ਤੁਸੀਂ ਸੜਕਾਂ ਦੀ ਗੱਲ ਕੀਤੀ ਇਹ ਤਾਂ ਬੜੀਆਂ ਛੋਟੀਆਂ ਗੱਲਾਂ ਨੇ ਇਹਨਾਂ ਨੇ ਤਾਂ ਉਹਦੀ ਸੋਚ ਤੱਕ ਪਹੁੰਚਣ ਤੋਂ ਵੀ ਰੋਕਤਾ ਹੂੰ ਉਹਦਾ ਫਿਰ ਪਿੰਡ 'ਚ ਪਹੁੰਚਾਂਗੇ ਤਾਂ ਉੱਥੋਂ ਦੇ ਲੋਕਾਂ ਨੇ ਉੱਥੋਂ ਦੇ ਬਹੁਤ ਲੋਕ ਜਾਣਦੇ ਨੇ ਜਿਵੇਂ ਤੁਸੀਂ ਗੱਲ ਕੀਤੀ ਉਹਦੇ ਪਿੰਡ ਦੇ ਮੁੰਡੇ ਬਹੁਤ ਕੁਝ ਜਾਣਦੇ ਨੇ ਉਹ ਜਾਣਦੇ ਆ ਕਿ ਗਦਰ ਜਿਹੜੀ ਮੂਵਮੈਂਟ ਆ ਅਸਲ ਦੇ ਵਿੱਚ ਆਜ਼ਾਦੀ ਦੇ ਸਭ ਇਸ ਤੋਂ ਬਾਅਦ ਅੰਗਰੇਜ਼ਾਂ ਨੂੰ ਡਰ ਪੈਦਾ ਹੋ ਗਿਆ ਸੀ ਦੂਜੀ ਵਿਸ਼ਵ ਜੰਗ ਤੋਂ ਪਹਿਲਾਂ ਤਾਂ ਹੀ ਉਹਨਾਂ ਨੂੰ ਕਮਿਟਮੈਂਟ ਕਰਨੀ ਵੀ ਕਿ ਤੁਹਾਨੂੰ ਆਜ਼ਾਦ ਕਰ ਦੇਵਾਂਗੇ ਕਿਉਂਕਿ ਪਹਿਲੀ ਗਦਰ ਮੂਵਮੈਂਟ ਦਾ ਡਰ ਇੰਨਾ ਪੈਦਾ ਹੋ ਗਿਆ ਸੀ ਉਹਨਾਂ ਨੂੰ ਪਤਾ ਸੀ ਵੀ ਜੇ ਕਿਤੇ ਸਾਨੂੰ ਕਿਰਪਾਲ ਸਿੰਘ ਨਾਂ ਦਾ ਗद्दार ਨਾ ਮਿਲਿਆ ਹੁੰਦਾ ਤਾਂ ਸਾਨੂੰ ਮਾਕੇ ਮੁਲਕ ਸਾਡਾ ਕੀ ਆ ਬਹੁਤ ਪਹਿਲਾਂ ਆਜ਼ਾਦ ਹੋ ਜਾਂਦਾ ਇਸੇ ਕਰਕੇ ਮੈਂ ਕਹਿਣਾ ਵੀ ਉਹਨਾਂ ਚੀਜ਼ਾਂ ਨੂੰ ਖਤਮ ਕਰਨ ਦੀ ਸਰਕਾਰ ਕੋਸ਼ਿਸ਼ਾਂ ਕਰ ਰਹੀ ਆ ਤੇ ਬਾਕੀ ਇਸੇ ਕਰਕੇ ਉਹਨਾਂ ਦੀ ਸੋਚ ਮੈਂ ਕਹਣਾ ਇੱਕ ਤਾਂ ਜਿਹੜਾ ਮੈਂ ਕੋਈ ਲੋਕਾਂ ਦੇ ਵਿੱਚ ਜਿਹੜਾ ਜਿਵੇਂ ਮੈਂ ਗੀਤ ਦੀ ਗੱਲ ਕਰਦਾ ਹੁੰਨਾ ਉਹ ਵੀ ਨਾਟਕ 'ਚ ਵੀ ਕਰਦੇ ਰਹੇ ਆ ਹੂੰ ਉਹ ਗੀਤ ਵੀ ਲੋਕਾਂ ਦੇ ਵਿੱਚ ਤਾਂ ਪਹੁੰਚ ਗਿਆ ਕਿਉਂਕਿ ਉੱਥੋਂ ਵੀ ਲੋਕ ਕਿਤੇ ਨਾ ਕਿਤੇ ਉਹਦੇ ਕਿਰਦਾਰ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕਰਨੀ ਸੀ ਉਹ ਲੋਕਾਂ 'ਚ ਲੈ ਜਾਂਦਾ ਗਿਆ ਪਰ ਉਹ ਗੀਤ ਪੂਰਾ ਨਹੀਂ ਆਇਆ ਉਹ ਗੀਤੇ ਜਿੰਨੇ ਸਟੈਂਜ ਨੇ ਸਾਰੇ ਸਮਝ ਲਓਗੇ ਨਾ ਉਹ ਜੋ ਸਿੱਖ ਇਤਿਹਾਸ ਦੀ ਵੀ ਗੱਲ ਕੀਤੀ ਵੀ ਆ ਹੂੰ ਉਹ ਗਾਣਾ ਮਾਕੇ ਅਕਸਰ ਅਸੀਂ ਮਾਕੇ ਗਾਉਂਦੇ ਵੀ ਰਹੇ ਆ ਨਾਟਕ ਸਟੇਜਾਂ ਦੇ ਉੱਤੇ ਕਰਦੇ ਹੁੰਦੇ ਮੈਂ ਚਾਹੂੰਗਾ ਹੁਣ ਵੀ ਹੋ ਜੇ ਉਹ ਬਾਈ ਜੀ ਗੀਤ ਦੇ ਵਿੱਚ ਨਾ ਅਸਲ ਚ ਅਸੀਂ ਅਕਸਰ ਸਾਰੇ ਸੁਣਦੇ ਉਹਨੂੰ ਹਿੰਦਵਾਸੀ ਉਹ ਰੱਖਣਾ ਜਾਇਜ਼ ਸਾਨੂੰ ਹਾਂ ਪਰ ਉਹਦੇ ਵਿੱਚ ਸ਼ਬਦ ਜਿਹੜਾ ਹਿੰਦੂ ਕੀ ਜੋੜਿਆ ਗਿਆ ਹੂੰ ਇਹਨੂੰ ਲੋਕ ਮੈਂ ਕਹਿੰਦਾ ਵੀ ਇਹ ਸਾਡੇ ਲੋਕ ਗੀਤ ਬਦਲ ਜਾਣੇ ਜੇ ਮੂਵੀ ਦੇ ਵਿੱਚ ਵੀ ਜੇ ਸਹੀ ਰੂਪ ਵਿੱਚ ਫਲਮਾ ਦਿੱਤਾ ਗਿਆ ਨਾ ਹੂੰ ਲੋਕ ਗੀਤ ਕੀ ਹੁੰਦੇ ਜਿਹੜੇ ਲੋਕਾਂ ਚੋਂ ਪੈਦਾ ਹੁੰਦੇ ਆ ਜਿਵੇਂ ਅੱਜ ਅਸੀਂ ਮਿਰਜੇ ਗਾਉਨੇ ਆ ਅਸੀਂ ਕੀ ਆ ਮੈਂ ਕਹਿੰਦਾ ਸੱਸੀਆਂ ਗਾਈਆਂ ਜਾਂਦੀਆਂ ਨੇ ਹੀਰ ਗਾਈ ਜਾਂਦੀ ਆ ਹੂੰ ਜਿਹੜੇ ਉਹ ਗਾਣੇ ਨਹੀਂ ਗਾਇਆ ਜਾਂਦੇ ਉਹਨੂੰ ਲੋਕ ਗੀਤ ਕਿਉਂ ਕਹਿੰਦੇ ਆ ਜਿਹੜੇ ਲੋਕਾਂ ਚੋਂ ਪੈਦਾ ਹੁੰਦੇ ਆ ਤੇ ਜਿਹੜਾ ਇਹ ਗੀਤ ਦੀ ਮੈਂ ਗੱਲ ਕਰ ਇਹ 24 ਜਿਹੜੇ ਮਾਕੇ ਸਾਥੀ ਸੀ ਨਾ ਕਰਤਾਰ ਸਿੰਘ ਸਰਾਬੇ ਦੇ ਜੇਲ੍ਹ ਦੇ ਵਿੱਚ ਉਹਨਾਂ ਸਾਰਿਆਂ ਨੂੰ ਜਦੋਂ ਫਾਂਸੀ ਦੀ ਸਜ਼ਾ ਹੋ ਗਈ ਤਾਂ 24 ਦੇ 24 ਜਿਹੜੇ ਮਾਕੇ ਜੇਲ੍ਹ ਦੇ ਵਿੱਚ ਨਾਲ ਦੇ ਸਾਥੀ ਉਹ 24 ਦੇ 24 ਬੰਦੇ ਨੇ ਗਾਣਾ ਗਾਇਆ ਸੀ ਇਹਦਾ ਪਰਟੀਕੂਲਰ ਕੈਰੈਕਟਰ ਨਹੀਂ ਹੈ ਤੇ ਇਹ ਸਾਡਾ ਅਸਲ ਕੀ ਆ ਮੈਂ ਕਹਿੰਦਾ ਲੋਕੀਤ ਹੋਣਾ ਚਾਹੁੰਦਾ ਚਾਹੀਦਾ ਸੀ ਤੇ ਲੋਕੀ ਦੀਆਂ ਮਾਕੇ ਚੰਦ ਸਾਧਰਾ ਜਿਹੜਾ ਮੈਂ ਨਾਟਕ ਦੇ ਵਿੱਚ ਵੀ ਮੈਂ ਗਾਉਂਦਾ ਹੁੰਦਾ ਸੀ ਉਹ ਮੈਂ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਦਾ ਵਤਨ ਵਾਸੀਓ ਰੱਖਣਾ ਯਾਦ ਸਾਨੂੰ ਕਿਤੇ ਦਿਲਾਂ ਚੋਂ ਨਾ ਭੁਲਾ ਜਾਣਾ ਖਾਤਰ ਬਤਨ ਦੇ ਲੱਗੇ ਹਾਂ ਚੜ੍ਹਨ ਫਾਂਸੀ ਹਾਂ ਸਾਨੂੰ ਦੇਖ ਕੇ ਨਾ ਕਬਰਾਂ ਜਾਣ ਸਾਡੀ ਮੌਤ ਨੇ ਬਤਣ ਦੇ ਵਸੀਆਂ ਦੇ ਹੋ ਦੇਲੀ ਵਤਨ ਦਾ ਇਸ਼ਕ ਜਗਾ ਜਾਣਾਂ ਦੇਸ਼ ਵਾਸੀਓ ਚਮਕਣਾ ਚੰਦ ਵਾਂਗੂ ਕਿਤੇ ਬਦਲਾ ਹੇਠ ਨਾ ਆ ਜਾਣਾ ਕਰਕੇ ਦੇਸ਼ ਦੇ ਨਾਲ ਧਰੋ ਜਾਰੋ ਦਾਗ ਕੌਮ ਦੇ ਮੱਥੇ ਨਾ ਲਾ ਜਾਣਾ ਮੂਲਾ ਸਿੰਘ ਕਿਰਪਾਲ ਨਵਾਬ ਵਾਂਗੂ ਅਮਰ ਸਿੰਘੜਾ ਕਿਸੇ ਕਹਾ ਜਾਣਾ ਜੇਲਾ ਹੁਣ ਕਲਜ ਬਤਨ ਸੇਵਕਾਂ ਦੇ ਦਾਖਲ ਹੋ ਕੇ ਡਿਗਰੀਆਂ ਪਾ ਜਾਣਾ ਪਿਆਰੇ ਵੀਰਨੋ ਚੱਲੇ ਹਾਂ ਅਸੀਂ ਜਿੱਥੇ ਉਸੇ ਰਸਤਿਆਂ ਤੁਸੀਂ ਵੀ ਆ ਇੱਕ ਸਵਾਲ ਇੱਥੇ ਬਣਦਾ ਫਿਰ ਪੂਰਾ ਕਿਉਂ ਨਹੀਂ ਪਹੁੰਚਾਇਆ ਗਿਆ ਜਾਂ ਪੂਰਾ ਪਹੁੰਚ ਪੰਚਾਇਆ ਕਿਉਂ ਨਹੀਂ ਗਿਆ ਲੋਕਾਂ ਤੱਕ ਮਸਲਾ ਭਈ ਇਹ ਹੈ ਕਿ ਇਤਿਹਾਸ ਜਿਹੜਾ ਲਿਖਿਆ ਜਾਂਦਾ ਨਾ ਇਤਿਹਾਸ ਇੱਕ ਸੋਚ ਰੱਖ ਕੇ ਲਿਖਿਆ ਜਾਂਦਾ ਹਮ ਮੈਂ ਇਹਦੀ ਗੱਲ ਕਰਦਾ ਵੀ ਇਤਿਹਾਸ ਲਿਖਣ ਵਾਲਾ ਕੌਣ ਸੀ ਲਿਖਾਉਣ ਵਾਲਾ ਕੌਣ ਸੀ ਤੇ ਲਿਖਣ ਦੇ ਮਾਕੇ ਜਿਹੜੇ ਕਾਰਨ ਕੀ ਸੀ ਇਤਿਹਾਸ ਨੂੰ ਸਾਡੇ ਨੂੰ ਕੀ ਹੈ ਜਿਹੜਾ ਬਰਬਾਦ ਕੀਤਾ ਗਿਆ ਅਸੀਂ ਤਾਂ ਰਾਣੀ ਛਾਂਸੀ ਵਰਗਿਆਂ ਨੂੰ ਆਜ਼ਾਦੀ ਦੇ ਹੀਰੋ ਮੰਨਦੇ ਆ ਹੋਰਾਂ ਨੂੰ ਹੀਰੋ ਮੰਨੀ ਜਾਂਦੇ ਆ ਉਹ ਅੱਜ ਵੀ ਮੈਂ ਪਹਿਲਾਂ ਬੋਲਦਾ ਰਹੇ ਹਾਂ ਨਾ ਗੱਲਾਂ ਦੇ ਉੱਤੇ ਰਾਣੀ ਛਾਂਸੀ ਆਪ ਦੇ ਰਾਜ ਖਾਤਰ ਲੜੀ ਸੀ ਕੋਈ ਮੈਂ ਲੁਕਾਈ ਖਾਤਰ ਨਹੀਂ ਲੜੀ ਸੀ ਹੂੰ ਉਹਨੇ ਬਹੁਤ ਕੁਛ ਕੀਤਾ ਹੋਰ ਵੀ ਜਿਹੜੇ ਲੋਕ ਲੜਿਆ ਪਰ ਅਸਲ ਜਿਹੜੇ ਅਸਲ ਲੁਕਾਈ ਖਾਤਰ ਲੜਿਆ ਸਾਡੇ ਗੁਰੂ ਸਾਹਿਬਾਨ ਸੀ ਜਿਵੇਂ ਉਹਨਾਂ ਤੋਂ ਸੇਧ ਲੈ ਕੇ ਆਉਣ ਵਾਲੇ ਸਰਾਬੇ ਵਰਗੇ ਸੀ ਸਰਾਬੇ ਵਰਗੇ ਮੁਲਕ ਦੀ ਆਜ਼ਾਦੀ ਵਾਸਤੇ ਨਹੀਂ ਲੋਕਾਂ ਦੇ ਵਿੱਚ ਜਿਹੜੀ ਲੋਕਾਂ ਦੀ ਲੁੱਟ ਖਸੁੱਟ ਸੀ ਤੇ ਗਰੀਬ ਲੋਕਾਂ ਦੀ ਜਿਹੜੀ ਮਾਰ ਕੇ ਸੀਗੀ ਉਹਨਾਂ ਲੋਕਾਂ ਨੂੰ ਖੇੜਾ ਛੜਾਉਣ ਖਾਤਰ ਆ ਕੇ ਇੱਥੇ ਲੜਾਈ ਲੜਿਆ ਉਹਨਾਂ ਦਾ ਨਿੱਜ ਕੋਈ ਨਹੀਂ ਸੀ ਪਰ ਜਿਹੜੇ ਉਹਨਾਂ ਟਾਈਮਾਂ ਦੇ ਵਿੱਚ ਜਿੰਨਾ ਲੋਕਾਂ ਨੇ ਉਹ ਸੋਚ ਖਤਮ ਕੀਤੀ ਆ ਉਹ ਬੰਦੇ ਸਿਰਫ ਸੱਤਾ ਦਾ ਪਰਿਵਰਤਨ ਚਾਹੁੰਦੇ ਸੀ ਸਿਸਟਮ ਦਾ ਪਰਿਵਰਤਨ ਨਹੀਂ ਚਾਹੁੰਦੇ ਸੀ ਅੱਜ ਵੀ ਉਹ ਲੋਕ ਕਾਬਜ ਨੇ ਜਿਹੜੇ ਸਿਰਫ ਸੱਤਾ ਦਾ ਪਰਿਵਰਤਨ ਭਾਲਦੇ ਹਨ ਗੱਲਾਂ ਇਨਕਲਾਬੀ ਕਰਦੇ ਆ ਪਰ ਸਿਸਟਮ ਦਾ ਪਰਿਵਰਤਨ ਨਹੀਂ ਚਾਹੁੰਦੇ ਇਸੇ ਕਰਕੇ ਮੈਂ ਜਿਹੜੀ ਗੱਲ ਕਰਦਾ ਵੀ ਜਿਹੜੇ ਇਹ ਲੋਕ ਹੋਏ ਨੇ ਨਾ ਇਹਨਾਂ ਲੋਕਾਂ ਦੀ ਸੋਚ ਨੂੰ ਜਾਂ ਇਹ ਗਾਣਿਆਂ ਨੂੰ ਇਸੇ ਕਰਕੇ ਖਤਮ ਕਰ ਦਿੱਤਾ ਹੈ ਕਿਉਂਕਿ ਗਾਣੇ ਨੂੰ ਜਦੋਂ ਤੁਸੀਂ ਅੱਗੇ ਚੱਲੋਗੇ ਨ ਤੇ ਸਿੱਖ ਸ਼ਖਸੀਅਤਾਂ ਦੀ ਵੀ ਗੱਲ ਕੀਤੀ ਗਈ ਆ ਗੁਰੂਆਂ ਦੀ ਗੱਲ ਕੀਤੀ ਗਈ ਆ ਹੂੰ ਤਲਵਾਰ ਚੱਕਣ ਦੀ ਜਿਹੜਾ ਮਾਕੇ ਅਸੀਂ ਗੁਰੂ ਗੋਬਿੰਦ ਸਿੰਘ ਨੇ ਆਖਿਆ ਜੀ ਆਖਰੀ ਉੱਥੇ ਜਾ ਕੇ ਤਲਵਾਰ ਚੱਕਣੀ ਆ ਤਲਵਾਰ ਚੱਕਣ ਦੇ ਕਾਰਨ ਵੀ ਇਹ ਗਾਣੇ 'ਚ ਦੱਸੇ ਗਏ ਆ ਪਰ ਇਹ ਗਾਣੇ ਦੇ 'ਚ ਸਿਰਫ ਮੂਹਰੇ ਚਾਰ ਪੰਜ ਸਟੈਂਜੇ ਐਡ ਕੀਤੇ ਗਏ ਜਿਦੇ ਵਿੱਚ ਹਿੰਦ ਸ਼ਬਦ ਵਰਤਿਆ ਗਿਆ ਉਹ ਵੀ ਜਾਣ ਪੁੱਝ ਕੇ ਕੋਝੀਆਂ ਸਾਹਿਸ਼ਾਂ ਨੇ ਕਿਉਂਕਿ ਕਰਤਾਰ ਸਿੰਘ ਸਰਾਭੇ ਦੇ ਅਕਸ਼ ਨੂੰ ਭਗਤ ਸਿੰਘ ਵਾਂਗੂ ਇਹ ਬਦਨਾਮ ਨਹੀਂ ਕਰ ਸਕੇ ਹੂੰ ਉਹਦੇ ਉੱਤੇ ਬੰਡ ਨਹੀਂ ਸਕੇ ਲੋਕਾਂ ਨੂੰ ਦਫਾੜ ਨਹੀਂ ਕਰ ਸਕੇ ਹਾਲਾਂਕਿ ਉਹ ਸ਼ਹੀਦ ਜਿਹੜਾ ਮਾਕੇ ਭਗਤ ਸਿੰਘ ਹੋਇਆ ਮੈਂ ਭਗਤ ਸਿੰਘ ਤੋਂ ਆਪਦੀ ਮਾਂ ਕੇ ਜਰਨੀ ਸ਼ੁਰੂ ਕੀਤੀ ਮੈਂ ਭਗਤ ਸਿੰਘ ਨੂੰ ਪਹਿਲਾ ਫੋਲੋ ਕਰਨ ਲੱਗਿਆ ਉਹਨੂੰ ਪੜਿਆ ਬਹੁਤ ਨਿੱਠ ਕੇ ਪੜਿਆ ਪਰ ਅਖੀਰ ਭਗਤ ਸਿੰਘ ਦੀ ਫੋਟੋ ਜਿਹੜੇ ਗੱਲ ਕੀਤੇ ਭਗਤ ਸਿੰਘ ਦੀ ਜੇਬ ਦੇ ਵਿੱਚ ਜਿਹੜਾ ਉਹਦਾ ਰੋਲ ਮਾਡਲ ਰਹਿੰਦਾ ਸੀ ਰੋਲ ਮਾਡਲ ਕੌਣ ਸੀ ਭਗਤ ਸਿੰਘ ਦਾ ਕਰਤਾਰ ਸਿੰਘ ਸਰਾਭਾ ਤੇ ਕਰਤਾਰ ਸਿੰਘ ਸਰਾਭਾ ਦਾ ਰੋਲ ਮਾਡਲ ਕੌਣ ਸੀ ਗੁਰੂ ਗੋਬਿੰਦ ਸਿੰਘ ਇਸੇ ਕਰਕੇ ਮੈਂ ਕਹਿਣਾ ਵੀ ਜਿਵੇਂ ਕਹਿੰਦਾ ਜਦੋਂ ਜਾਵੇਂਗਾ ਦੂਰ ਤੋਂ ਆਪਣੀਆਂ ਜੜਾਂ ਤੋਂ ਤਾਂ ਮਾਰੇਗਾ ਆਵਾਜ਼ ਆਪਣਿਆਂ ਨੂੰ ਤਾਂ ਫਿਰ ਆਪਣਿਆਂ ਦੀ ਆਵਾਜ਼ ਤੈਨੂੰ ਜੜਾਂ ਤੋਂ ਮਿਲਣੀ ਹੈ ਤਾਂ ਮੈਂ ਇਹੀ ਗੱਲ ਕਹਿਣਾ ਵੀ ਜਿਹੜੀਆਂ ਜੜਾਂ ਨੇ ਨਾ ਸਾਡੀਆਂ ਉਹ ਸਾਡਾ ਸਿੱਖ ਫਲਸਫਾ ਹੈਗਾ ਉਹਨੂੰ ਲੈ ਕੇ ਸਾਡੇ ਗਦਰੀ ਬਾਬੇ ਆਏ ਸੀ ਉਸੇ ਸੋਚ ਨੂੰ ਕਿ ਆ ਲੋਕਾਂ ਦੇ ਵਿੱਚ ਸਹੀ ਢੰਗ ਨਾਲ ਪੇਸ਼ ਅਜ ਤੱਕ ਇਤਿਹਾਸ ਕਾਰਾ ਨਹੀਂ ਹੋਣ ਦਿੱਤਾ ਜਿਹਨਾਂ ਨੇ ਲਿਖਿਆ ਤੇ ਜੇ ਸਹੀ ਇਤਿਹਾਸ ਇਹ ਫਿਲਮ ਦੇ ਵਿੱਚ ਦਿਖਾਇਆ ਗਿਆ ਤਾਂ ਲੋਕਾਂ ਨੂੰ ਪਤਾ ਲੱਗ ਜਾਣਾ ਵੀ ਸਾਡੀ ਸੋਚ ਦੇ ਵਿੱਚ ਜਿਹੜਾ ਸਾਡੇ ਰਾਜ ਦਾ ਫਲਸਫਾ ਸਿੱਖ ਰਾਜ ਦਾ ਫਲਸਫਾ ਕੀ ਆ ਵੀ ਕਿ ਚੰਗੇ ਮਕ ਲੋਕ ਰਾਜੀ ਤਰੀਕੇ ਦਾ ਮਕ ਜਿਹੜਾ ਰਾਜ ਆ ਅਸੀਂ ਮਹਾਰਾ ਰਣਜੀਤ ਸਿੰਘ ਦਾ ਰਾਜ ਕਹਿ ਦਿੰਦੇ ਆ ਉਹ ਸਿੱਖ ਰਾਜ ਸੀ ਜਿੱਥੇ ਕਿ ਲੋਕਾਂ ਦੇ ਹੱਕ ਕੁਕੂ ਮਹਿਫੂਜ਼ ਸੀ ਉਹਦੇ ਕੱਲੇ ਸਿੱਖ ਨਹੀਂ ਹਿੰਦੂ ਵੀ ਰਹਿੰਦੇ ਸੀ ਮੁਸਲਮਾਨ ਵੀ ਰਹਿੰਦੇ ਸੀ ਉਹ ਸੁਪੜੇ ਨੂੰ ਜਿਹੜਾ ਕੀ ਅਸਲ ਦੇ ਵਿੱਚ ਮਲਿਆ ਮੇਡ ਕਰਨ ਖਾਤਰ ਇਤਿਹਾਸ ਨੂੰ ਬੁਗੜਿਆ ਗਿਆ ਇਸੇ ਕਰਕੇ ਇਹ ਗੀਤ ਨੂੰ ਪੂਰਾ ਲੋਕਾਂ ਦੇ ਵਿੱਚ ਆਉ ਨਹੀਂ ਦਿੱਤਾ ਗਿਆ ਪਰ ਜਿਹੜੀ ਇੱਕ ਤਸਵੀਰ ਆ ਕਰਤਾਰ ਸਿੰਘ ਸਰਾਬੇ ਦੀ ਸ਼ਾਇਦ ਜਿੱਡੀ ਤਸਵੀਰ ਹੋਣੀ ਚਾਹੀਦੀ ਸੀ ਜਾਂ ਜਿੱਡਾ ਉਹਦਾ ਕਿਰਦਾਰ ਦਿਖਾਇਆ ਜਾਣਾ ਚਾਹੀਦਾ ਸੀ ਮਨ ਲਾ ਸ਼ਾਇਦ ਉਹ ਸਰਾਬੇ ਪਿੰਡ ਦੇ ਵਾਸੀਆਂ ਦੇ ਦਿਲਾਂ ਦੇ ਵਿੱਚੋਂ ਡਾ ਵੱਡਾ ਜਾਂ ਨੇੜਲੇ ਪਿੰਡਾਂ ਦੇ ਵਿੱਚ ਹੋਊਗਾ ਤਾਂ ਕਾਰਨ ਇਹ ਰਿਹਾ ਤੁਸੀਂ ਕੀ ਕਾਰਨ ਕਿਉਂਕਿ ਪਿੰਡ ਵਾਲਿਆਂ ਨਾਲ ਵੀ ਮੇਰੀ ਗੱਲਬਾਤ ਹੋਈ ਉਹ ਵੀ ਮੰਨਦੇ ਨੇ ਕਿ ਬਹੁਤੇ ਸਮਾਗਮ ਸਰਾਬੇ ਦੇ ਨਾਲ ਜਿਹੜੇ ਰਿਲੇਟਡ ਨੇ ਉਹ ਬਹੁਤੇ ਸਮਾਗਮ ਪਿੰਡ ਵਾਲੇ ਕਰਦੇ ਨੇ ਉੱਥੇ ਨਾ ਤਾਂ ਪਹਿਲੀਆਂ ਸਰਕਾਰਾਂ ਪਹੁੰਚਿਆ ਕਰਦੀਆਂ ਸੀ ਤੇ ਉਹ ਕਹਿੰਦੇ ਇਹ ਸਰਕਾਰ ਦਾ ਵੀ ਹਾਲ ਜਿਉਂਦਾ ਤਿਉਂ ਹੀ ਆ ਇਹ ਸਰਕਾਰ ਵੀ ਨਹੀਂ ਉੱਥੇ ਪਹੁੰਚੀ ਸਾਡੀ ਘਾ ਅਲੱਗ ਗੱਲਾਂ ਛੀਂਦਾਂ ਦੀਆਂ ਇਹ ਕਰਦੇ ਰਹੇ ਨੇ ਪਰ ਉਹ ਕਹਿੰਦੇ ਇਹ ਸਰਕਾਰ ਦਾ ਵੀ ਹਾਲ ਜਿਹੜਾ ਜਿਉਂਦਾ ਤਿਉਂ ਆ ਤਾਂ ਤੁਸੀਂ ਕੀ ਮੰਨਦੇ ਹੋ ਵੀ ਜੇਕਰ ਇੰਨਾ ਉਭਾਰਿਆ ਨਹੀਂ ਗਿਆ ਉਸ ਕਰਦਾਰ ਨੂੰ ਉਸ ਤਸਵੀਰ ਨੂੰ ਤਾਂ ਉਹਦਾ ਕਾਰਨ ਇੱਕੋ ਇੱਕ ਇਹ ਆ ਕਿ ਕਿਉਂਕਿ ਉਹ ਸਿੱਖ ਸੀ ਸਾਰੀ ਲੜਾਈ ਉਹਨੇ ਜਿਹੜੀ ਹੈਗੀ ਪੱਗ ਦੇ ਵਿੱਚ ਲੜੀ ਹੈ ਬਿਲਕੁਲ ਬਾਈ ਜੀ ਮੈਂ ਕਹਣਾ ਬਈ ਜਸ ਤੂੰ ਜਿਹੜੀ ਗੱਲ ਕੀਤੀ ਹੈ ਵੇ ਸਭ ਤੋਂ ਵੱਡਾ ਕਾਰਨ ਉਹਦੀ ਪੱਗ ਆ ਹੂੰ ਕਿਉਂਕਿ ਭਗਤ ਸਿੰਘ ਨੂੰ ਟੋਪੀ ਵਾਲਾ ਵੀ ਬਣਾ ਦਿੱਤਾ ਜਾ ਸਕਦਾ ਸੀ ਇਥੇ ਕਰਕੇ ਉਹਨੂੰ ਕੀ ਧੋਦਲਾ ਕੀਤਾ ਜਾ ਸਕਦਾ ਸੀ ਪਰ ਕਰਤਾਰ ਸਿੰਘ ਸਰਾਭਾ ਦੀ ਕੱਲੀ ਇਹ ਨਹੀਂ ਭਗਤ ਸਿੰਘ ਦੀਆਂ ਆਪਣਾ ਕਰਤਾਰ ਸਿੰਘ ਸਰਾਭਾ ਦੀਆਂ ਲਿਖਤਾਂ ਵੀ ਖਤਮ ਕੀਤੀਆਂ ਗਈਆਂ ਦੂਜੀ ਗੱਲ ਜੇ ਮੈਂ ਤੁਸੀਂ ਕੀਤਾ ਵੀ ਉਹਦਾ ਚਿਹਰਾ ਜਿਹੜਾ ਬਣਾਉਣਾ ਸੀ ਹੂੰ ਉਹ ਬਣਾਉਣ ਖਾਤਰ ਜਿਹੜੇ ਇੰਟੈਲੈਕਚੁਅਲ ਲੋਕਾਂ ਦੇ ਜਿਹੜੇ ਨੌਜਵਾਨਾਂ ਦੀ ਲੋੜ ਸੀ ਹੂੰ ਉਹ ਲੋਕ ਜਿਹੜੇ ਸੀਗੇ ਉਹੋ ਲਗਭਗ ਜੇ ਸੋਸ਼ਲ ਮੀਡੀਆ ਤੇ ਜਿਹੜੇ ਲੱਗੇ ਹੋਏ ਨੇ ਮੈਂ ਉਹਨਾਂ ਨੂੰ ਇਹੀ ਗੱਲ ਕਰਾਂ ਸੋਸ਼ਲ ਮੀਡੀਆ ਦੇ ਕੋਲ ਹਥਿਆਰ ਬੜਾ ਤਕੜਾ ਜੇ ਇਹਨੂੰ ਸਹੀ ਲੋਕਾਂ ਨੇ ਵਰਤਿਆ ਇਸੇ ਕਰਕੇ ਮੈਂ ਕਹਿਣਾ ਕਿ ਜਿਹੜੀਆਂ ਅੱਜ ਅਸੀਂ ਗੱਲਾਂ ਕੀਤੀਆਂ ਨੇ ਲੋਕਾਂ ਦੇ ਵਿੱਚ ਫਿਲਮ ਦੇ ਵਿੱਚ ਬਹੁਤ ਚੀਜ਼ਾਂ ਲੋਕਾਂ 'ਚ ਜਾਣ ਨਹੀਂ ਦਿੱਤੀਆਂ ਜਾਣੀਆਂ ਸੈਂਸਰ ਬੋਰਡ ਨੇ ਕੱਟ ਦੇਣੀਆਂ ਨੇ ਅਸਲ ਉਹਦਾ ਚਿਹਰਾ ਲੋਕਾਂ ਦੇ ਵਿੱਚ ਕਿਸੇ ਨੇ ਨਹੀਂ ਲੈ ਜਾਣ ਦੇਣਾ ਤੇ ਸਰਾਬੇਪਿੰਡ ਦੇ ਲੋਕ ਜਿਹੜੇ ਉਹਨੂੰ ਜਾਣਦੇ ਆ ਉਹ ਬੜੀਆਂ ਕੋਸ਼ਿਸ਼ਾਂ ਕਰਦੇ ਆ ਵਿਚਾਰੇ ਮੇਲੇ ਵੀ ਲਾਉਂਦੇ ਆ ਵੱਡੇ ਵੱਡੇ ਵਿਦਵਾਨਾਂ ਨੂੰ ਸਾਦੇ ਆ ਪਰ ਉੱਥੇ ਉਹਨੂੰ ਕਵਰੇਜ ਕਰਨ ਵਾਲਾ ਮੀਡੀਆ ਕਿੰਨਾ ਕੁ ਪਹੁੰਚਦਾ ਬਿਲਕੁ ਅੱਜ মিডিਆ ਟੋਟਲੀ ਗ੍ਰਫਟ ਦੇ ਵਿੱਚ ਇਹਨਾਂ ਦੇ ਆਇਆ ਹੋਇਆ ਪਰ ਫੇਰ ਵੀ ਮੈਂ ਕਹਿਣਾ ਵੀ ਅੱਗੇ ਵਾਲਾ মিডিਆ ਨਹੀਂ ਹੈ ਹੁਣ ਬੜੇ ਸਿਹਰਦ ਲੋਕ ਹੈਗੇ ਆ ਹਰ ਇੱਕ ਦੀ ਜੇਬ ਦੇ ਵਿੱਚ ਹੈਗਾ ਇਸੇ ਕਰਕੇ ਮੈਂ ਲੋਕਾਂ ਨੂੰ ਇੱਕ ਹੱਥ ਬੰਨ ਕੇ ਅਪੀਲ ਕਰਦਾ ਕਿ ਜੇ ਸਰਸੇ ਵਾਲੇ ਬਾਬੇ ਆਪਦੇ ਬਾਬੇ ਨੂੰ ਚਲਾ ਸਕਦੇ ਪਰ ਅਸੀਂ ਗਦਰੀ ਬਾਬਿਆਂ ਨੂੰ ਨਹੀਂ ਚਲਾ ਸਕਦੇ ਤੇ ਗਦਰੀ ਬਾਬੇ ਉਹ ਜਿੰਨਾ ਕਰਕੇ ਅੱਜ ਅਸੀਂ ਕੁਝ ਨਾ ਕੁਝ ਸਿਖਾਵਾ ਸਾ ਲੈਨੇ ਆ ਪੂਰਾ ਸਿਖਾਵਾ ਸਾ ਤਾਂ ਨਹੀਂ ਉਹ ਨਾ ਲੈਣ ਦਾ ਕਾਰਨ ਵੀ ਸਾਡੀ 부ਝ ਦੇ ਲਈ ਆ ਅਸੀਂ ਗੁਲਾਮ ਤਾਂ ਕਿਉਂਕਿ ਸਾਡੇ ਚ ਲੜਨ ਦਾ ਮद्दा ਨਹੀਂ ਤੇ ਲੜਨ ਦਾ ਮद्दा ਤਾਂ ਪੈਦਾ ਹੋ ਜੀ ਸਾਡੇ ਰੋਲ ਮਾਡਲ ਕਰਤਾਰ ਸਿੰਘ ਸਰਾਬੇ ਆਉਣੇ ਕਿ ਹੋਣਗੇ ਕਰਤਾਰ ਸਿੰਘ ਸਰਾਬੇ ਵਰਗੇ ਰੋਲ ਮਾਡਲ ਲੋਕਾਂ 'ਚ ਦਿਖਾਉਣ ਵਾਸਤੇ ਚੰਗੀਆਂ ਫਿਲਮਾਂ ਚੰਗੀਆਂ ਕਿਤਾਬਾਂ ਲੋਕਾਂ 'ਚ ਆਉਣ ਦਿੱਤੀਆਂ ਜਾਂਣ ਉਹ ਕਰਤਾਰ ਸਿੰਘ ਸਰਾਬੇ ਦੇ ਐਸੇ ਪਹਿਲਾਂ ਮੈਂ ਐਟਮਿਕ ਕਲਾਸ 'ਚ ਪੜਿਆ ਹੋਇਆ ਔਰ ਕਰਤਾਰ ਸਿੰਘ ਸਰਾਬੇ ਦੀ ਜਨਮ ਦੀ ਤਰੀਕ ਦੱਸੀ ਜਾਂਦੀ ਹੈ ਮਰਨ ਦੀ ਤਰੀਕ ਦੱਸੀ ਜਾਂਦੀ ਹੈ ਮਾਂ ਪਿਓ ਦੇ ਨਾਮ ਦੱਸੇ ਜਾਂਦੇ ਆ ਪਰ ਉਹ ਜਲਾਉ ਨੂੰ ਕਿਵੇਂ ਦਿਖਾਓਗੇ ਤੁਸੀਂ ਜਿਹੜਾ ਜਲਾਉ ਉਹ ਚਿਹਰਾ ਉਹ ਅੱਖਾਂ ਉਹ ਸ਼ਬਦਾਵਲੀ ਕੀ ਹੋਊ ਜਰ 30-14 ਸਾਲ ਦਾ ਨੌਜਵਾਨ ਹਰੇਕ ਨੂੰ ਮਰਨ ਨੂੰ ਤਿਆਰ ਕਰ ਲੈਂਦਾ ਸੀ ਹਾਂ ਬੜੇ ਮਾਕੇ ਇੱਕ ਅੱਧਾ ਨਹੀਂ ਬਾਈ ਜੀ ਮੈਂ ਕਹਣਾ ਵੀ ਭਾਈ ਰਣਧੀਰ ਸਿੰਘ ਕਰਕੇ ਜਿਹੜੇ ਬੜੇ ਵੱਡੇ ਮਾਕੇ ਸਿੱਖ ਫਲਸਫਰ ਹੋਏ ਆ ਜਿਹੜੇ ਵੱਡੇ ਸਿੱਖ ਪ੍ਰਚਾਰਕ ਹੋਏ ਆ ਉਹ ਬੰਦੇ ਵੀ ਕਰਤਾਰ ਸਿੰਘ ਸਰਾਬੇ ਦੇ ਮਗਰ ਲੱਗ ਕੇ ਹਾਂ ਜਦੋਂ ਗਦਰ ਦੀ ਜਿਹੜੀ ਡੇਟ ਬੰਨੀ ਸੀ ਨਾ ਉਸ ਡੇਟ ਨੂੰ ਉਹ ਵੀ ਟ੍ਰੇਨ ਦੇ ਵਿੱਚ ਚੜ ਕੇ ਸੀ ਆਪਦੇ ਮਾਕੇ ਹੋਰ ਆਪਣਾ ਜਪ ਕਰਦੇ ਰਹੇ ਉਹ ਜਪ ਕੀਦਾ ਸਤਨਾਮ ਵਾਹਿਗੁਰੂ ਜਪ ਕਰਦੇ ਟ੍ਰੇਨ 'ਚ ਚੜ ਕੇ ਉਹਨੂੰ ਫਿਰੋਜ਼ਪੁਰ ਸ਼ਾਉਣੀ ਜਾ ਕੇ ਉਹ ਤਾਂ ਉਹ ਮੇਰੀ ਜਿਹੜੀ ਮੂਵਮੈਂਟ ਬਾਰੇ ਕੀਤਾ ਸੀ ਵੀ ਤੁਸੀਂ ਗਦਰ ਕਰਨਾ ਫਰੋਜਪੁਰ ਸ਼ਾਉਣੀ ਨੂੰ ਜਿਹੜਾ ਟਾਈਮ ਦਿੱਤਾ ਗਿਆ ਸੀ ਉਦੋਂ ਜਿਹੜੀ ਮੂਵਮੈਂਟ ਸਾਰੀ ਦੀ ਅਗਵਾਈ ਹੈ ਜਿਹੜੀ ਉਹ ਰਣਜੀਤ ਸਿੰਘ ਨੇ ਕਰਨੀ ਸੀ ਜਿਹੜਾ ਬੰਦਾ ਸਿੱਖ ਪ੍ਰਚਾਰਕ ਤੋਂ ਇੱਕ 17 ਸਾਲ ਦੇ ਨੌਜਵਾਨ ਨੇ ਮਗਰ ਲੱਗ ਕੇ ਫਰੋਜਪੁਰ ਸ਼ਾਉਣੀ ਦੇ ਵਿੱਚ ਲੋਕਾਂ ਨੂੰ ਖੜਾ ਕਰਨ ਤੋਂ ਰਿਹਾ ਜਾਂਦਾ ਸੀ ਕਹਿ ਜਾ ਹੁੰਦਾ ਯਾਰ ਸਰਾਪਾ ਇਸ ਕਰਕੇ ਮੈਂ ਕਹਿਣਾ ਵੀ ਉਹ ਨੌਜਵਾਨ ਦੇ ਅਕਸ਼ ਨੂੰ ਜੇ ਫਿਲਮ ਦੇ ਵਿੱਚ ਥੋੜਾ ਮੋਟਾ ਵੀ ਦਿਖਾਇਆ ਜਾ ਸਕਿਆ ਕਿਉਂਕਿ ਉਹਦੇ ਕਿਰਦਾਰ ਨੂੰ ਜਸਟੀਫਾਈ ਕਰਨਾ ਬਹੁਤ ਔਖਾ ਕਿਉਂਕਿ ਉਹਦੇ ਸ਼ਬਦ ਅਸੀਂ ਤਾਂ ਮਾਕੇ ਸੁਣੇ ਨਹੀਂ ਜਿਨ੍ਹਾਂ ਨੇ ਸੁਣਿਆ ਜੋ ਖਤਮ ਹੋ ਗਏ ਤੇ ਆਜ਼ਾਦੀ ਤੋਂ ਬਹੁਤ ਲੰਮਾ ਟਾਈਮ ਉਹਦੇ ਸਾਥੀ ਚ ਜਾਂਦੇ ਰਹੇ ਆ ਪਰ ਉਸ ਟਾਈਮ ਦੇ ਵਿੱਚ ਕਿਸੇ ਬੰਦੇ ਨੇ ਕੋਸ਼ਿਸ਼ ਹੀ ਨਹੀਂ ਕੀਤੀ ਉਹਨਾਂ ਚੀਜ਼ਾਂ ਨੂੰ ਮਾਕੇ ਜਿਉਂਦਾ ਰੱਖਣ ਦੀ ਕਿਉਂਕਿ ਮੀਡੀਆ ਟੋਟਲੀ ਮਾਕੇ ਉਹਦੋਂ ਕਾਂਗਰਸ ਸਰਕਾਰ ਦੀ ਗ੍ਰਿਫਤ ਦੇ ਵਿੱਚ ਸੀ ਇਸੇ ਕਰਕੇ ਜਿਹੜੀਆਂ ਚੰਦ ਰਚਨਾਵਾਂ ਬਚੀਆਂ ਨੇ ਕੁਝ ਰਚਨਾਵਾਂ ਉਹਦੀਆਂ ਪਈਆਂ ਸੀ ਪਰ ਉਹ ਰਚਨਾਵਾਂ ਵੀ ਕਿਸੇ ਬੰਦੇ ਨੂੰ ਮਾਕੇ ਕੋਈ ਸਕਾਲਰ ਬੰਦਾ ਸੀ ਉਹਨੂੰ ਦਿੱਤੀਆਂ ਗਈਆਂ ਕਰਤਾਰ ਸਿੰਘ ਸਰਾਬੇ ਦੀਆਂ ਉਹ ਬੰਦੇ ਨੇ ਖਤਮ ਕਰ ਦਿੱਤੀਆਂ ਉਹ ਬੜਾ ਵੱਡਾ ਧੱਕਾ ਹੋਇਆ ਕਰਤਾਰ ਸਿੰਘ ਸਰਾਬੇ ਦੇ ਨਾਲ ਪਰ ਸਰਾਬੇ ਨੂੰ ਜੇ ਅਸੀਂ ਚਾਹਣੇ ਆ ਹੂੰ ਕਿ ਸਰਾਬਾ ਸਾਡਾ ਉਹ ਸਿੱਖ ਜੋਧਾ ਜਿਹੜਾ ਸਿੱਖੀ ਧਾਰਨਾਵਾਂ ਨੂੰ ਲੈ ਕੇ ਸਿੱਖ ਫਲਸਫੇ ਨੂੰ ਲੈ ਕੇ ਕਾ ਕੇ ਲੜਾਈ ਲੜਦਾ ਬਾਹਰਲੀ ਦਰਤਾਂ ਨੂੰ ਇੱਥੇ ਆ ਕੇ ਤੇ ਮੈਂ ਕਹਿੰਦਾ ਜੇ ਅਸੀਂ ਨੂੰ ਜਿਉਂਦਾ ਰੱਖਣਾ ਤਾਂ ਇਸ ਮੂਵੀ ਨੂੰ ਦੇਖਣ ਦੇ ਨਾਲ ਨਾਲ ਸਰਾਬੇ ਦੇ ਜ਼ਿੰਦਗੀ ਦੇ ਉੱਤੇ ਜਿੰਨਾ ਕੁਝ ਮੈਂ ਕਹ ਤੁਹਾਡੇ ਨਾਲ ਸਾਂਝਾ ਕੀਤਾ ਜਿੱਥੋਂ ਵੀ ਮਿਲਦਾ ਉਹਨੂੰ ਸ਼ੇਅਰ ਕਰਿਆ ਕਰੋ ਯਾਰ ਤਾਂ ਸ਼ੇਅਰ ਕਰੋਗੇ ਉਹਦਾ ਕਿਰਦਾਰ ਰੋਲ ਮਾਡਲ ਸਾਡੇ ਨਵੇਂ ਸੈੱਟ ਹੋਣਗੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਯੂਥ ਨੂੰ ਅੱਜ ਰੋਲ ਮਾਡਲ ਚੰਗੇ ਦੇਣ ਦੀ ਲੋੜ ਆ ਸਾਡੇ ਪਛੜੇ ਹੋਣ ਦਾ ਕਾਰਨ ਸਾਡੇ ਕੋਲ ਚੰਗੇ ਆਗੂਆਂ ਦੀ ਘਾਟ ਆ ਤੇ ਚੰਗੇ ਆਗੂ ਪੈਦਾ ਜਿਹੜੇ ਹੋਣ ਉਹ ਸੋਚ ਨਾਲ ਪੈਦਾ ਹੋਣੇ ਤੇ ਸੋਚ ਪੈਦਾ ਤਾਂ ਹੋਣੀ ਆ ਜੇ ਅਸੀਂ ਚੰਗੇ ਬੰਦਿਆਂ ਨੂੰ ਪੜਾਂਗੇ ਚੰਗੇ ਬੰਦਿਆਂ ਨੂੰ ਜਾਣਾਂਗੇ ਤੇ ਚੰਗੇ ਬੰਦਿਆਂ ਤੋਂ ਇਨਸਪੀਰੇਸ਼ਨ ਲਵਾਂਗੇ ਤਾਂ ਸਰਾਬੇ ਨਾਲੋਂ ਵੱਡੀ ਇਨਸਪੀਰੇਸ਼ਨ ਯੂਥ ਵਾਸਤੇ ਦੁਨੀਆ 'ਚ ਕੋਈ ਨਹੀਂ ਹੋ ਸਕਦੀ ਵੀ 17 ਸਾਲ ਦਾ ਨੌਜਵਾਨ ਕਿਵੇਂ ਕੱਲਾ ਐਡੇ ਵੱਡੇ ਮੁਲਕ ਨੂੰ ਯਾਦ ਕਰਾਉਣ ਦਾ ਮਾਦਾ ਰੱਖਦਾ ਸੀ ਜਿਵੇਂ ਅਸੀਂ ਪੜਨ ਦੀ ਗੱਲ ਕਰੀਏ ਮੈਂ ਚਾਹੁੰਗਾ ਕੋਈ ਸੁਜੈਸਟ ਕਰ ਸਕਦੇ ਹੋ ਕਿ ਤੁਸੀਂ ਪੜਿਆ ਬੜਾ ਕੋਈ ਇਦਾਂ ਦੀ ਕਿਤਾਬ ਕਿਉਂਕਿ ਇੰਟਰਵਿਊ ਦੇਖ ਕੇ ਜਦੋਂ ਇਦਾਂ ਦੀਆਂ ਫਿਲਮਾਂ ਆਉਂਦੀਆਂ ਉਹਦੋਂ ਦਾ ਬੰਦਾ ਸਰਚ ਬੜੀ ਮਾਰਦਾ ਆ ਪਹੁੰਚਦਾ ਬੜਾ ਕੋਈ ਕੋਈ ਕਿਤਾਬ ਸੁਜੈਸਟ ਹੈ ਤੁਹਾਡੇ ਦਿਮਾਗ ਦੇ ਵਿੱਚ ਹੋਵੇ ਕਿਰ ਇਸ ਦੇ ਵਿੱਚ ਦੇਖ ਬਿਲਕੁਲ ਕਈ ਵਾਰ ਨਹੀਂ ਹੁੰਦਾ ਪਰ ਉਸ ਤੇ ਨੇੜ ਤੇੜ ਇਤਿਹਾਸ ਦੇ ਨੇੜ ਤੇੜ ਹੁੰਦਾ ਕੋਈ ਹੈ ਕਿਤਾਬ ਇਦਾਂ ਦੀ ਵੈਸੇ ਕਰਤਾਰ ਸਿੰਘ ਸਰਾਬੇ ਜੇ ਇੱਕਰਦਾਰ ਮੁਸੀਬਾ ਜੀ ਦੇਖੀ ਜਾਵੇ ਜਸਟੀਫਾਈ ਕਰਦੀ ਜੇ ਬੁੱਕ ਮੇਨ ਜਿਹੜੀ ਬੁੱਕ ਜਿਆਦਾ ਸਭ ਤੋਂ ਜਿਆਦਾ ਮੈਂ ਲੋਕ ਜਾਣਦੇ ਹੋਣਗੇ ਬਹੁਤੇ ਤਾਂ ਜਿਹੜੇ ਕਰਤਾਰ ਸਿੰਘ ਸਰਾਬੇ ਨੂੰ ਪੜਨਾ ਲੋਚਦੇ ਪੜ ਵੀ ਲਿਆ ਉਹਨਾਂ ਨੇ ਮੈਂ ਲਗਭਗ ਉਹ ਬੁੱਕ ਬਹੁਤ ਬਈ ਭਰਾਵਾਂ ਨੂੰ ਪੜਾਈ ਆ ਉਹ ਹੈਗੀ ਆ ਆਪਣੇ ਤੂਫਾਨਾਂ ਦਾ ਸਾਹਸ ਵਾਰਸ਼ੀਦ ਕਰਤਾਰ ਸਿੰਘ ਸਰਾਬੇ ਜਵੇਰ ਸਿੰਘ ਹੋਰਾਂ ਦੀ ਜਵੇਰ ਸਿੰਘ ਹੋਰਾਂ ਦੀ ਉਹਦੇ ਵਿੱਚ ਉਹਨਾਂ ਨੇ ਕਾਫੀ ਲੰਬਾ ਮਾ ਕੇ ਵਿਸਥਾਰ ਕੀਤਾ ਅਸਲ ਜਿਹੜੀ ਉਹ ਬੁੱਕ ਦੇ ਵਿੱਚ ਨਾ ਮੇਰੇ ਖਿਆਲ ਦੇ ਵਿੱਚ 90% ਉਹ ਬੁੱਕ ਨੇ ਨਿਆ ਕੀਤਾ ਹੋਇਆ 90% ਨਿਆ ਹਾਂ ਕਿਉਂਕਿ ਨਿਆ ਦਾ ਮਤਲਬ ਇਹ ਹੈ ਵੀ ਉਹਦੇ ਵਿੱਚ ਅਸਲ ਸਿੱਖੀ ਸੈਂਟੀਮੈਂਟਸ ਉਹਦੇ ਨਾਲ ਜੋੜੇ ਗਏ ਆ ਹੂੰ ਗਦਰੀ ਬਾਬਿਆਂ ਨਾਲ ਜੋੜੇ ਗਏ ਆ ਜਿਹੜੇ ਕਿ ਸਾਡੀਆਂ ਹਕੂਮਤਾਂ ਤੋੜਨ ਦੀਆਂ ਰਹੀਆਂ ਨੇ ਹੂੰ ਉਹਨਾਂ ਨੂੰ ਸਮਝਣਾ ਜ਼ਰੂਰੀ ਸੀ ਉਹਨਾਂ ਨੂੰ ਸਮਝ ਕੇ ਉਹਨਾਂ ਨੇ ਜਿਹੜੇ ਮਾ ਕੇ ਲਿਖੇ ਹੋਇਆ ਉਹ ਕਿਤਾਬ ਮੈਂ ਕਹਿੰਦਾ ਵੀ ਮੈਂ ਉਹ ਕਿਤਾਬ ਤੋਂ ਪੜ੍ਹ ਕੇ ਸਭ ਤੋਂ ਪਹਿਲਾਂ ਉੱਥੋਂ ਇਨਸਪੀਰੇਸ਼ਨ ਲਈ ਸੀ ਹੂੰ ਉਸ ਤੋਂ ਬਾਅਦ ਕਰਤਾਰ ਸਿੰਘ ਸਰਾਭਾ ਦੇ ਜਿੰਨਾ ਕ ਲਿਟਰੇਚਰ ਮਿਲਿਆ ਜਿੰਨਾ ਕ ਨ ਹੋਰ ਪੁਰਾਣੀਆਂ ਕਿਤਾਬਾਂ ਜਿਹੜੀਆਂ ਮਿਲੀਆਂ ਨੇ ਉਹਦੇ ਬਹੁਤ ਪੱਕਾ ਲਿਟਰੇਚਰ ਮਿਲਦਾ ਪਰ ਆਨਲਾਈਨ ਟਾਈਮ 'ਚ ਹੁਣ ਭਗਤ ਸਿੰਘ ਦੇ ਉੱਤੇ ਚਾਰ-ਚਾਰ ਪੰਜ-ਪੰਜ ਫਿਲਮਾਂ ਬਣਦੀਆਂ ਸੈਂਸਰ ਬੋਰਡ ਸਾਰੇ ਪ੍ਰਵਾਨਗੀ ਦੇ ਦਿੰਦੇ ਆ ਕਿਉਂਕਿ ਉਹਦੇ ਵਿੱਚ ਬੜਾ ਕੁਝ ਕੀ ਆ ਉੱਥੇ ਕਟਿੰਗ ਵਾਲਾ ਭਗਤ ਸਿੰਘ ਵੀ ਦਿਖਾਉਣਾ ਸੌਖਾ ਹੋਰ ਬਹੁਤ ਦਿਖਾਉਣਾ ਤੋੜ ਮਰੋੜ ਕੇ ਪੇਸ਼ ਕਰਿਆ ਜਾਂਦਾ ਪਰ ਕਰਤਾਰ ਸਿੰਘ ਸਰਾਬੇ ਦੀ ਪੱਗ ਨਹੀਂ ਲਾ ਸਕਦੇ ਹਾਂ ਪੇਸ਼ ਨਹੀਂ ਕਰਿਆ ਜਾਂਦਾ ਸਭ ਤੋਂ ਵੱਡਾ ਕਾਰਨ ਇਹ ਆ ਇਸੇ ਕਰਕੇ ਮੈਂ ਕਹਿੰਦਾ ਉਹਦੀ ਪੱਗ ਦਾ ਡਰਾ ਇਸੇ ਕਰਕੇ ਕਰਤਾਰ ਸਿੰਘ ਸਰਾਬੇ ਤੇ ਹੁਣ ਜਿਹੜਾ ਕੱਟ ਮਾਰਿਆ ਜਾਣਾ ਉਹ ਸਿੱਖੀ ਸੈਂਟੀਮੈਂਟਸ ਨੂੰ ਪਰ ਫਿਰ ਵੀ ਜਿੰਨੀਆਂ ਕਿ ਤੁਹਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਜੇ ਤੁਹਾਨੂੰ ਇਹ ਗੱਲਾਂ ਲੱਗਦੀਆਂ ਤਾਂ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਸ ਗੱਲ ਨੂੰ ਤਾਂ ਕਿ ਵੱਧ ਤੋਂ ਵੱਧ ਭਰਾਵਾਂ ਤੱਕ ਉਹ ਗੱਲ ਜਾ ਸਕੇ ਜੀ ਬਾਈ ਜੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਬਾਈ ਰੁਪਿੰਦਰ ਹੋਰੀ ਸੀ ਜਿਸ ਤਰ੍ਹਾਂ ਦੇ ਨਾਲ ਕਰਤਾਰ ਸਿੰਘ ਸਰਾਬਾ ਫਿਲਮ ਜਿਹੜੀ ਆ ਉਹ ਅੱਜ ਦੇ ਦਿਨ ਰਿਲੀਜ਼ ਹੋਣੀ ਸੀ ਸੈਂਸਰ ਵੱਲੋਂ ਪ੍ਰਵਾਨਗੀ ਜਿਹੜੀ ਉਹ ਨਹੀਂ ਮਿਲੀ ਹੋ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਫਿਲਮ ਜਿਹੜੀ ਆ ਰਿਲੀਜ਼ ਜ਼ਰੂਰ ਹੋ ਜਾਣੀ ਆ ਕਰਤਾਰ ਸਿੰਘ ਸਰਾਬਾ ਦੀ ਜਿਸ ਤਰ੍ਹਾਂ ਦੇ ਨਾਲ ਗੱਲ ਕੀਤੀ ਆ ਸੀ ਜਿੰਨੇ ਕੁ ਜੋਗ ਅਸੀਂ ਹੈਗੇ ਜਿੰਨੇ ਕੁ ਜੋਗੇ ਜਿਹੜੇ ਅਸੀਂ ਹੈਗੇ ਆ ਉਹ ਇਤਿਹਾਸ ਨੂੰ ਤੁਹਾਡੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਆ ਤੁਹਾਡਾ ਵੀ ਫਰਜ਼ ਇਹੀ ਬਣਦਾ ਹੈ ਕਿ ਇਹੀ ਬਣਦਾ ਕਿ ਜਿਸ ਤਰ੍ਹਾਂ ਦੇ ਨਾਲ ਬਾਈ ਨੇ ਗੱਲ ਕਰੀ ਆ ਕਿ ਜੇਕਰ ਸੱਸੇ ਵਾਲੇ ਸਾਥ ਦੀ ਸਰਸੇ ਵਾਲੇ ਬਾਬੇ ਦੀ ਫਿਲਮ ਆਉਂਦੀ ਆ ਤਾਂ ਮਤਲਬ ਸ਼ਾਇਦ ਪੂंजे ਬੈਠ ਬੈਠ ਵੀ ਲੋਕਾਂ ਨੇ ਦੇਖੀ ਆ ਕਿਤੇ ਇਹ ਨਾ ਹੋਵੇ ਕਰਤਾਰ ਸਿੰਘ ਸਰਾਬੇ ਦੀ ਸਾਹਮਣੇ ਫਿਲਮ ਚੱਲੀ ਜਾਂਦੀ ਹੋਵੇ ਤੇ ਸਾਡੀਆਂ ਇੱਥੇ ਕੁਰਸੀਆਂ ਮਹਿਜ਼ 10-15 ਕੁਰਸੀਆਂ ਭਰੀਆਂ ਹੁਣ ਤਾਂ ਇਹ ਬੜੀ ਵੱਡੀ ਫਿਰ ਲਾਨਤੀ ਹੋ ਸਾਡੇ ਤੇ ਮੈਂ ਤਾਂ ਇਹੀ ਕਹੂੰਗਾ ਇਹ ਵੱਡਾ ਕੁਝ ਨਹੀਂ ਹੋ ਸਕਦਾ ਫਿਲਮ ਵੀ ਦੇਖੋ ਕਰਤਾਰ ਸਿੰਘ ਸਰਾਬੇ ਦੇ ਪਿੰਡ ਵੀ ਜਾਓ ਤੇ ਕਰਤਾਰ ਸਿੰਘ ਸਰਾਬੇ ਦੇ ਨਾਲ ਜੁੜਿਆ ਜਿੰਨਾ ਕ ਲਿਟਰੇਚਰ ਤੁਹਾਨੂੰ ਜਿੱਥੋਂ ਹੀ ਮਿਲਦਾ ਪੜੋ ਜ਼ਰੂਰ ਕਿਉਂ ਕਿ ਸਾਡਾ ਇਤਿਹਾਸ ਆ ਸਾਡੀਆਂ ਜਣਾਂ ਨੇ ਤੇ ਜਣਾਂ ਨੂੰ ਭੁੱਲਣ ਵਾਲੀ ਕੌਮ ਜਿਹੜੀ ਆ ਉਹ ਬਹੁਤਾ ਸਮਾਂ ਸਰਵਾਈਵ ਜਿਹੜੀ ਉਹ ਨਹੀਂ ਕਰਦੀ ਅੱਜ ਦਾ ਪ੍ਰੋਗਰਾਮ ਕਿਦਾਂ ਦਾ ਲੱਗਾ ਕਮੈਂਟ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਜਿਹੜਾ ਜ਼ਰੂਰ ਦੱਸਿਓ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤਾਂ 'ਚ ਜਸ ਕਰੇ ਬੰਦੇ ਹੋ ਯਾਦ ਧੰਨਵਾਦ ਜੀ